ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜਦੋਂ ਵਿਰਾਸਤ ਦੀ ਗੱਲ ਆਉਂਦੀ ਹੈ ਪੁਰਖਿਆਂ ਦੀ ਗੱਲ ਆਉਂਦੀ ਹੈ ਇਤਿਹਾਸ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਆਪਣਾ ਗੌਰਵ ਮਾਣ ਚੇਤੇ ਆਉਂਦਾ ਪਰ ਉਹ ਸਾਡੇ ਨਾਲ ਤੁਰਦਾ ਉਹਦੀਆਂ ਨਿਸ਼ਾਨੀਆਂ ਸਾਡੇ ਨਾਲ ਕਿਵੇਂ ਓਵੇਂ ਦੀ ਓਵੇਂ ਖੂਬਹੂਰ ਹਨ ਸਦੀਆਂ ਤੋਂ ਇਹ ਜਿਹੜੀਆਂ ਚੀਜ਼ਾਂ ਸਾਡੇ ਪੁਰਖਿਆਂ ਦੇ ਦੁਆਰਾ ਅੱਗੇ ਆਈਆਂ ਤੇ ਸਾਨੂੰ ਹਮੇਸ਼ਾ ਤਾਂ ਉਮਰ ਅਗਲੀਆਂ ਪੀੜ੍ਹੀਆਂ ਨੇ ਵੀ ਇਹ ਜਿਹੜੀ ਸਿੱਖਿਆ ਹੈ ਵਿਚਾਰਕ ਤੇ ਉਹਨਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਸਾਨੂੰ ਜੀਵਨ ਜਾਂਚ ਦੀ ਚੰਗੀ ਰਾਹ ਦੱਸਦੀਆਂ। ਸੋ ਇਹਨਾਂ ਨੂੰ ਸੰਭਾਲਿਆ ਕਿਵੇਂ ਜਾ ਸਕਦਾ ਹੈ? ਪੁਰਾਣੇ ਗ੍ਰੰਥ ਨੇ, ਪੇਂਟਿੰਗਜ਼ ਨੇ, ਇਮਾਰਤਾਂ। ਨਮਿਤਾ ਜਸਪਾਲ ਜੀ ਸਾਡੇ ਨਾਲ ਅੱਜ ਮੌਜੂਦ ਰਹਿਣਗੇ ਇਸ ਐਪੀਸੋਡ ਦੇ ਵਿੱਚ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਚਾਹੇ ਉਹ ਪੁਰਖਿਆਂ ਦੇ ਸਾਡੇ ਪੋਸ਼ਾਕਾਂ ਹੋਣ, ਚੋਲਾ ਸਾਹਿਬ ਚਾਹੇ ਕੁਝ ਇਮਾਰਤਾਂ ਦੀ ਗੱਲ ਕਰਾਂਗੇ ਕੁਝ ਜਿਹੜੀ ਹੈਗੇ ਗ੍ਰੰਥਾਂ ਦੀ ਗੱਲ ਕਰਾਂਗੇ ਜਿਨ੍ਹਾਂ ਤੇ ਉਹਨਾਂ ਨੇ ਕੰਮ ਕੀਤਾ ਤੇ ਉਹਨਾਂ ਦੀ ਜੋ ਹਾਲਾਤ ਨੂੰ ਖੂਬ ਹੂ ਕਾਇਮ ਕੀਤਾ ਤਾਂ ਕਿ ਉਹ ਲੰਬੇ ਅਰਸੇ ਤੱਕ ਰਹਿ ਸਕੀ ਤੇ ਨਾਲ ਉਹਨਾਂ ਨੇ ਇਹ ਵੀ ਗੱਲ ਕਰਾਂਗੇ ਕਿ ਚ ਇਸ ਤਕਨੀਕ ਨੂੰ ਆਖਿਆ ਕੀ ਜਾਂਦਾ ਹੈ ਇਸ ਤਕਨੀਕ ਦਾ ਪਵਿਖ ਕੀ ਹੈ ਇਸ ਤਕਨੀਕ ਰਾਹੀਂ ਅਸੀਂ ਕਿਹੜੀਆਂ ਸਾਵਧਾਨੀਆਂ ਵਰਤੀਏ ਕਿ ਸਾਡੀ ਪੁਰਖੀਆਂ ਦੀਆਂ ਜਿਹੜੀਆਂ ਨਿਸ਼ਾਨੀਆਂ ਉਹ ਖੂਬ ਹੂ ਰਹਿਣ ਤੇ assum ਇਸ ਨੂੰ ਸੰਭਾਲ ਕਰ ਸਕੀਏ ਜੇਕਰ ਕਿਤੇ ਇਹਨੂੰ ਠੀਕ ਕਰਨ ਦੀ ਲੋੜ ਹੈ ਤਾਂ ਕਿਵੇਂ ਸੰਪਰਕ ਕੀਤਾ ਜਾ ਸਕਦਾ ਹੈ ਭਵਿਕਸ਼ ਦੇ ਸਾਡੇ ਜਿਹੜੇ ਵਿਦਿਆਰਥੀ ਹੈ ਉਹ ਇਸ ਟੈਕਨੀਕ ਨੂੰ ਅਡਾਪਟ ਕਰਨ ਤਾਂ ਕਿ ਵਿਰਾਸਤ ਨੂੰ ਬਚਾਇਆ ਜਾ ਸਕੇ ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਫਿਰ ਜਾਣੇ ਸਾਰੀ ਤੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਿਲਕੁਲ ਠੀਕ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਤੋਂ ਤੁਸੀਂ ਨਵੇਕ ਲਿਓ ਕੱਲਿਓ ਇਸ ਕੰਮ ਨੂੰ ਜੇਕਰ ਟੈਕਨੀਕਲ ਭਾਸ਼ਾ ਚ ਕਹੀਏ ਤਾਂ ਕੀ ਕਿਹਾ ਜਾਂਦਾ ਹੈ ਵਿਰਾਸਤ ਦੀ ਸੰਭਾਲ ਤੁਸੀਂ ਕਹਿ ਸਕਦੇ ਹੋ ਅਮ ਵੈਸੇ ਇੰਗਲਿਸ਼ ਵਿੱਚ ਅਸੀਂ ਕਹਾਂਗੇ ਕਨਜ਼ਰਵੇਸ਼ਨ ਆਫ ਕਲਚਰਲ ਪ੍ਰੋਪਰਟੀ ਜਾਂ ਹੈਰੀਟੇਜ ਕਨਜ਼ਰਵੇਸ਼ਨ ਜੀ ਇਹਨੂੰ ਮੈਂ ਥੋੜਾ ਜਿਹਾ ਸਵਾਲ ਨੂੰ ਅੱਗੇ ਤੋਰਦਾ ਹਾਂ ਇਹਦੇ ਵਿੱਚ ਕੀ ਕੀ ਆਉਂਦਾ ਹੈ ਕੀ ਕੀ ਅਸੀਂ ਠੀਕ ਰੱਖ ਸਕਦੇ ਹਾਂ ਕੀ ਕੀ ਸੰਭਾਲ ਸਕਦੇ ਹਾਂ ਵਿਰਾਸਤ ਵਿੱਚ ਮੋਨੂਮੈਂਟਸ ਆਂਦੇ ਨੇ ਸਾਡੀਆਂ ਬਿਲਡਿੰਗਸ ਮਹਿਲ ਕਿਲੇ ਇਹ ਵੱਡੀਆਂ ਚੀਜ਼ਾਂ ਨੇ ਉਹਦੇ ਉਹਦੇ ਬਾਅਦ ਸਾਰੇ ਗ੍ਰੰਥ ਮੈਨੂਸਕ੍ਰਿਪਟਸ ਫੋਟੋਗ੍ਰਾਫਸ ਟੈਕਸਟਾਈਲ ਤੇ ਕੋਇਨਸ ਦੀ ਆਲ ਦਾ ਕਲੈਕਸ਼ਨ ਸਾਰੀ ਕਲੈਕਸ਼ਨਸ ਆ ਜਾਂਦੀਆਂ ਨੇ ਤੇ ਇਸ ਤੋਂ ਇਲਾਵਾ ਐਂਟੀਕ ਅਬਜੈਕਟਸ ਵੀ ਆਉਂਦੇ ਨੇ ਅਲੱਗ-ਅਲੱਗ ਜਿਹੜੇ ਡੇਲੀ ਯੂਜ਼ ਵਿੱਚ ਚੀਜ਼ਾਂ ਆਉਂਦੀਆਂ ਨੇ ਕੇਟਲਸ ਐਂਡ ਆਲ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਆ ਜਾਂਦੀਆਂ ਨੇ ਪੋਸ਼ਾਕਾਂ ਪੋਸ਼ਾਕਾਂ ਟੈਕਸਟਾਈਲ ਜਿਵੇਂ ਜਿਵੇਂ ਚੋਲਾ ਸਾਹਿਬ ਸੀਗੇ ਹਾਂਜੀ ਹਾਂਜੀ ਸਾਰੇ ਆ ਇੰਪੋਰਟੈਂਟ ਲੋਕਾਂ ਲੋਕਾਂ ਦੀਆਂ ਡ्रेसेस ਕਹਿ ਸਕਦੇ ਹੋ ਤੁਸੀਂ ਤੇ ਫੁਲਕਾਰੀਆ ਜੋ ਕਾਮਨ ਲੋਕ ਵੀ ਜਿਹੜਾ ਡੇਲੀ ਅਮ ਸਕਿਲਸ ਜਿਹੜੇ ਯੂਜ਼ ਕਰਦੇ ਸੀ ਉਹ ਵੀ ਆ ਸਕਦੇ ਨੇ ਕਰੋਸ਼ੀਆ ਜੀ ਸੋ ਮਨੀ ਥਿੰਗਸ ਹਨ ਜੀ ਤੁਹਾਨੂੰ ਜੇ ਮੈਂ ਐਜੂਕੇਸ਼ਨ ਪੱਖ ਤੋਂ ਦੇਖਾਂ ਤਾਂ ਤੁਸੀਂ ਕਿੱਥੋਂ ਇਹਦੀ ਐਜੂਕੇਸ਼ਨ ਲਈ ਤੇ ਇਧਰ ਨੂੰ ਰੁਝਾਨ ਕਿਵੇਂ ਹੋਇਆ ਮੇਰਾ ਕਿਨਿਕਲਾ ਦਾ ਕੰਮ ਹੈ ਹਾਂਜੀ ਮੇਰਾ ਬੇਸਿਕ ਜਿਹੜੀ ਕੁਆਲਿਫੀਕੇਸ਼ਨ ਸੀ ਉਹ ਸਾਇੰਸ ਵਿੱਚ ਸੀ ਹਮਮ ਮੇਰੀ ਗ੍ਰੈਜੂਏਸ਼ਨ ਸਾਇੰਸ ਵਿੱਚ ਹੈ ਇੰਟਰਸਟ ਵਿੱਚ ਸੀ ਬਟ ਮੈਂ ਆਰਟ ਵਿੱਚ ਅੱਛੀ ਸੀ ਤੇ ਮੇਰੇ ਮਾਮਾ ਜੀ ਨੇ ਵੇਖਿਆ ਇੱਕ ਛੋਟੀ ਜੀ ਐਡ ਇਨ ਨੈਸ਼ਨਲ ਮਿਊਜ਼ੀਅਮ ਦੀ ਤੇ ਉਹਨਾਂ ਨੇ ਨਿਆ ਕੋਰਸ ਡਿਗਰੀ ਕੋਰਸ ਸਟਾਰਟ ਕੀਤਾ ਸੀ ਨੈਸ਼ਨਲ ਮਿਊਜ਼ੀਅਮ ਦਿੱਲੀ ਨੇ ਕਨ ਸਰਵੇਸ਼ਨ ਆਫ ਕਲਚਰਲ ਪ੍ਰੋਪਰਟੀ ਮਾਸਟਰਸ ਇਨ ਕਨ ਸਰਵੇਸ਼ਨ ਆਫ ਕਲਚਰਲ ਪ੍ਰੋਪਰਟੀ ਤੇ ਉਹਦਾ ਇੱਕ ਐਂਟ੍ਰੈਂਸ ਐਗਜ਼ਾਮ ਹੁੰਦਾ ਸੀ ਤੇ ਇੰਟਰਵਿਊ ਲੈਂਦਾ ਸੀਓ ਤੇ ਆ ਉਹ ਦੋਨੋਂ ਮੈਂ ਕਲੀਅਰ ਕੀਤੇ ਉਹਦੇ ਚ ਜਸਟ 10 ਸੀਟਸ ਸੀ ਗਿਆ ਉਸ ਵੇਲੇ ਤੇ ਆ ਇਸ ਤਰ੍ਹਾਂ ਐਜੂਕੇਸ਼ਨ ਮੇਰੀ ਮਾਸਟਰਸ ਇਨ ਕਨ ਸਰਵੇਸ਼ਨ ਵਿੱਚ ਜੇ ਤੋ ਬੰਦਾ ਇਹ ਕੰਮ ਕਰ ਲੈਂਦਾ ਫਿਰ ਉਹਨੂੰ ਉਹਨੇ ਅਪਲਾਈ ਕਰਨਾ ਹੁੰਦਾ ਪ੍ਰੈਕਟੀਕਲ ਰੂਪ ਚ ਅਪਲਾਈ ਕਰਨ ਚ ਕਿਵੇਂ ਅਪਲਾਈ ਕੀਤਾ ਕਿਉਂਕਿ ਜਿਹੜੀਆਂ ਤੁਸੀਂ ਚੀਜ਼ਾਂ ਐ ਬੜੀਆਂ ਸੰਵੇਦਨਸ਼ੀਲ ਐ ਸੁਖਮ ਐ ਬੜੀਆਂ ਐ ਮੈਂ ਕਿਸੇ ਦੀ ਬਰਾਤਨ ਯਾਦ ਹੈ ਜਿਹੜੀ ਹੂੰ ਉਹਨੂੰ ਵਿਸ਼ਵਾਸ ਬਿਲਡ ਕਰਨਾ ਪਹਿਲਾਂ ਫਿਰ ਉਹਨਤੇ ਕੰਮ ਕਰਨਾ ਕਿਵੇਂ ਰਹੀ ਸ਼ੁਰੂਆਤ ਨਹੀਂ ਇਹ ਲੰਬਾ ਪ੍ਰੋਸੈਸ ਹੈ ਸ਼ੁਰੂਆਤ ਵਿੱਚ ਮੈਨੂੰ ਆਪਣੇ ਨੂੰ ਸਮਝਾਉਣਾ ਹੀ ਬੜਾ ਮੁਸ਼ਕਿਲ ਸੀ ਬਿਕਾਜ਼ ਇਹ ਬੜਾ ਡੈਲੀਕੇਟ ਕੰਮ ਸੀ ਤੇ ਬੜੇ ਬੜੇ ਮਾਈਕਰੋਸਕੋਪਸ ਅਸੀਂ ਵੇਖਦੇ ਸੀ ਨੈਸ਼ਨਲ ਮਿਊਜ਼ੀਅਮ ਦੀ ਲੈਬ ਵਿੱਚ ਤੇ ਬੜੀ ਬੜੀ ਇਕਵਿਪਮੈਂਟਸ ਕੈਮੀਕਲਸ ਐਂਡ ਆਲ ਤੇ ਬੜਾ ਖਰਚਾ ਆਂਦਾ ਸੀ ਇੱਕ ਛੋਟੀ ਜੀ ਚੀਜ਼ ਨੂੰ ਠੀਕ ਕਰਨ ਲਈ ਅੱਛਾ ਜੀ ਮੈਨੂੰ ਇਹ ਨਾ ਲੱਗਦਾ ਸੀ ਕਿ ਇਹ ਚੀਜ਼ ਇੰਨਾ ਖਰਚਾ ਇੱਕ ਪੁਰਾਣੀ ਚੀਜ਼ ਤੇ ਅਸੀਂ ਕਰ ਰਿਆ ਅਦਰਚ ਆ ਕਾਫੀ ਘੱਟ ਖਰਚੇ ਵਿੱਚ ਅਸੀਂ ਨਈ ਸਿਮਿਲਰ ਚੀਜ਼ ਬਣਾ ਸਕਦੇ ਹਾਂ ਤੇ ਬਤ ਕਾਫੀ ਸਾਲ ਕੰਮ ਕਰਦੇ ਕਰਦੇ ਸਿੱਖਦੇ ਹੋਏ ਐਂਡ ਪੜ੍ਹਾਈ ਕਰਦੇ ਹੋਏ ਮੈਨੂੰ ਇਹ ਸਮਝ ਆਇਆ ਕਿ ਉਹ ਮੈਮਰੀ ਹੈ ਪਾਸ ਦੀ ਨਿਆ ਜਿਹੜਾ ਵੀ ਅਸੀਂ ਬਣਾਵਾਂਗੇ ਉਹ ਪਾਸਟ ਨਹੀਂ ਹੋਏਗਾ ਉਹ ਅਸੀਂ ਪ੍ਰੈਸੈਂਟ ਵਿੱਚ ਬਣਾਇਆ ਹੈ ਤੇ ਮੈਂ ਉਹਨੂੰ ਅ ਕਨੈਕਟ ਕਰ ਪਾਈ ਇੱਕ ਹਿਊਮਨ ਮੈਮਰੀ ਨਾਲ ਬ੍ਰੇਨ ਨਾਲ ਅ ਅ ਜਿਵੇਂ ਅਗਰ ਅਸੀਂ ਯਾਦਾਂਸ਼ ਖੋ ਦਈਏ ਸਮ ਹਾਓ ਕਿਸੇ ਕਾਰਨ ਵਸ਼ ਤੇ ਅ ਅਸੀਂ ਕੁਝ ਕੁਝ ਕੰਮ ਕਰ ਰਹੇ ਹੋਵਾਂਗੇ ਜ਼ਿੰਦਗੀ ਚੱਲ ਰਹੀ ਹੋਏਗੀ ਬਟ देयर वुड बी ਅ ਡਿਸਕਨੈਕਟ ਤੋ ਉਸੇ ਤਰ੍ਹਾਂ ਇੱਕ ਸਿਵਲਾਈਜੇਸ਼ਨ ਦੀ ਮੈਮਰੀ ਹੁੰਦੀ ਹੈ ਪਾਸ ਦੇ ਆਬਜੈਕਟਸ ਤੇ ਉਹਨਾਂ ਨੂੰ ਉਸ ਤਰ੍ਹਾਂ ਸੰਭਾਲਣਾ ਬਹੁਤ ਇੰਪੋਰਟੈਂਟ ਹੈ ਕਿਉਂਕਿ ਉਹ ਸਾਨੂੰ ਦੱਸ ਰਹੇ ਨੇ ਸਟੋਰੀਜ਼ ਟੈਲ ਕਰ ਰਹੇ ਨੇ ਅਬਾਊਟ ਉਸ ਵੇਲੇ ਕਿਸ ਤਰ੍ਹਾਂ ਇਨਸਾਨ ਸੋਚਦਾ ਸੀ ਤੇ ਕੰਮ ਕਰਦਾ ਸੀ ਸੋ ਇਟ ਇਜ਼ ਅ ਕਨੈਕਟ ਵਿਦ ਦਾ ਪਾਸਟ ਸੋ ਪਹਿਲੀ ਚੀਜ਼ ਤੇ ਸੀ ਕਿ ਮੈਂ ਆਪਣੇ ਨੂੰ ਸਮਝਾਵਾਂ ਕਲੈਰੀਫਾਈ ਕਰਾਂ ਕਿ ਮੈਂ ਇਹ ਕੰਮ ਕਿਉਂ ਕਰ ਰਹੀ ਹਾਂ ਉਹਦੇ ਬਾਅਦ ਪ੍ਰੈਕਟੀਕੈਲਿਟੀ ਆਈ ਵੀ ਸ਼ਿਫਟਡ ਟੂ ਚੰਡੀਗੜ੍ਹ ਆਫਟਰ ਅ ਫਿਊ ਇਅਰਸ ਅ ਤੇ ਐਦਰ ਕਲਚਰਲ ਆਬਜੈਕਟਸ ਇਨ ਐਨ ਆਈ ਸੀ ਸੋ ਕਾਫੀ ਸਾਲ ਮੇਰੇ ਇਨਾ ਚੀਜ਼ਾਂ ਇਸ ਨਿਕਲੇ ਕਿ ਥੋੜਾ ਬਹੁਤ ਜੋ ਫਰੈਂਡਸ ਜਾਂ ਫੈਮਿਲੀ ਅ ਦੀ ਅੰਕ ਕਲੈਕਸ਼ਨ ਸੀ ਇਅਰ ਲੂਮ ਸੀ ਉਹਨਾਂ ਨੂੰ ਟ੍ਰੀਟ ਕਰਦੇ ਹੋਏ ਤੇ ਅਕੈਡਮਿਕਸ ਨੂੰ ਅੱਗੇ ਵਧਾਉਂਦੇ ਹੋਏ कि आई आई यूज्ड टू राइट रिसर्च आई डिड अ लॉट ऑफ रिसर्च फॉर माय पीएचडी व्हिच आई कुडंट कंप्लीट अ ते ਹੌਲੀ ਹੌਲੀ ਅੱਛਾ ਡਾਕਟਰੇਟ ਤੁਸੀਂ ਕੰਪਲੀਟ ਕਰ ਲਈ ਆਪਣੀ ਨਹੀਂ ਕਰ ਨਹੀਂ ਕੀਤੀ ਬਿਕਾਜ਼ ਚੰਡੀਗੜ੍ਹ ਵਿੱਚ ਸੀ ਨਹੀਂ ਤੇ ਆਈ ਹੈਡ ਮਾਈ ਲਿਟਲ ਬੇਬੀ ਤੋ ਉਹ ਕੰਪਲਸਰੀ ਸੀ ਅਟੈਂਡੈਂਸ ਤੇ ਆਈ ਕੁਡਨ ਗੋ ਟੂ ਦਿੱਲੀ ਏਵਰੀ ਡੇ অর ਏਵਰੀ ਵੀਕ ਸੋ ਮੇਰੀ ਐਡਮਿਸ਼ਨ ਹੋਈ ਸੀ ਤੇ ਤਿੰਨ ਸੀਟਾਂ ਹੁੰਦੀਆਂ ਸੀ ਉਸ ਵੇਲੇ uh phd uh conservation which with uh, they got selected that was a great thing achievement but and i started my work wahan utthe main guide which select kita badi mushkil naal pousa institute was because teachers the same senior second batch si te conservation pehle koi si ni padhana wala koi qualified ni si conservation vich te assi अलग-अलग फील्ड्स -अलग तो लंदा सी गाइड्स एंड ऑल तो आई ट्राइड माय बेस्ट बट मैं कर नहीं सकी सी ओ अच्छा कितने साल हो गए लगया होयानु कम कर ही साल दे? हो जानगे 25 विच कितने साल जी 30 हां जी कम कर देयानु अह या क्योंकि 95 विच मैं जब मास्टर्स द लास्ट ईयर सी तो डिसर्टेशन रिसर्च ओ विच हुंदा है एमफिल सिमिलर टू एमफिल ਤੇ ਉਹ ਕਰਦੇ ਹੋਏ ਮੈਂ ਚੰਡੀਗੜ੍ਹ ਆਈ ਸੀ ਤੇ ਆਈ 스타ਟਡਡ ਅ ਜੌਬ ਆਲਸੋ ਸੋ ਮੇਰੀ ਮਾਸਟਰਸ ਵਾਲੇ ਕੰਪਲੀਟ ਨਹੀਂ ਹੋਈ ਸੀ ਜਨ ਆਈ ਗਾਟ ਮਾਈ ਫਰਸਟ ਵਰਕ 3 ਸਾਲ ਦੀ ਜਰਨੀ ਦੇ ਵਿੱਚ ਕਿਹੜੀਆਂ ਚੀਜ਼ਾਂ ਤੇ ਬਹੁਤ ਮਾਣ ਹੈ ਕਿ ਤੁਸੀਂ ਆਹ ਕੰਮ ਕਰ ਪਾਏ ਜਿਹੜੀਆਂ ਸਭ ਤੋਂ ਸਭ ਤੋਂ ਇੰਪੋਰਟੈਂਟ ਚੀਜ਼ਾਂ ਨੇ ਉਹ ਸਭ ਗੋਡ ਗਿਫਟਡ ਨੇ ਮੈਂ ਚੰਡੀਗੜ੍ਹ ਵਿੱਚ ਨਵੀਂ ਸੀ ਕੋਈ ਮੈਨੂੰ ਜਾਣਦਾ ਨਹੀਂ ਸੀ ਤੇ ਸਭ ਬੜੇ ਮਿਰਾਕਲਸ ਤਰੀਕੇ ਨਾਲ ਮੇਰੇ ਕੋਲ ਆਏ ਨੇ ਕਮ ਮੋਸਟ ਆਫ ਦਾ ਰਿਲੀਜੀਅਸ ਵਰਕਸ ਲਾਈਕ ਚੋਲਾ ਸਾਹਿਬ ਜੀ ਬੰਦਾ ਸਿੰਘ ਬਹਾਦਰ ਇਟ ਵਾਸ ਲਾਈਕ ਉਹਨਾਂ ਨੂੰ ਛੂਣਾ ਹੀ ਬੜਾ ਆਪਣੇ ਆਪ ਵਿੱਚ ਅਲੱਗ ਗੌਰਵ ਹੈ ਹਾਂਜੀ ਗੋਲਡਨ ਟੈਂਪਲ ਸ੍ਰੀ ਹਰਮੰਦਰ ਸਾਹਿਬ ਜੀ ਇਦੇ ਬਾਅਦ ਮੈਂ ਇੱਕ ਹੋਰ ਟੈਂਪਲ ਆ ਰਾਮਪੁਰ ਬੁਸ਼ਹਿਰ ਵਿੱਚ ਵੀ ਕੀਤਾ ਹੈ ਤੇ ਸਪਿਰਚੁਅਲ ਆਰਗੇਨਾਈਜੇਸ਼ਨਸ ਦੀਆਂ ਕਲੈਕਸ਼ਨਸ ਵੀ ਮੈਂ ਕੀਤੀਆਂ ਨੇ ਗੁਜਰਾਤ ਵਿੱਚ ਦਾਦਾ ਭਗਵਾਨ ਫਾਊਂਡੇਸ਼ਨ ਸਿਮੰਦਰ ਸਿਟੀਚ ਤੇ ਇੱਕ ਦੇਵ ਸਮਾਜ ਕਾਲਜ ਜਿਹੜਾ ਚੰਡੀਗੜ੍ਹ ਵਿੱਚ ਹੈ ਅਹ ਤਕੋ ਜੀ ਗੁਰੂ ਸਾਹਿਬ ਦਾ ਇੱਕ ਚੋਲਾ ਸਾਹਿਬ ਵੀ ਕੀਤਾ ਹੈ ਚੋਲਾ ਸਾਹਿਬ ਸਿੱਖ ਗੁਰੂ ਜੀ ਦਾ ਜੀ ਦਾ ਚੋਲਾ ਸਾਹਿਬ ਜੀ ਜਿਹਦੇ ਜਿਹਨੂੰ ਬੰਦੀ ਛੋੜ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਤੇ ਉਹ ਬੜਾ ਡਿਫਿਕਲਟ ਸੀ ਬਿਕੋਸ ਸਭ ਨੇ ਮਨਾ ਕਰ ਦਿੱਤਾ ਸੀ ਉਹਨੂੰ ਇੰਡੀਆ ਵਿੱਚ ਦੇ ਵਿਲੇਜ ਦੇ ਲੋਕ ਸਭ ਜਗ੍ਹਾ ਲੈ ਕੇ ਗਏ ਸੀ ਤੇ ਉਸ ਦੇ ਬਾਅਦ ਉਹ ਮੇਰੇ ਕੋਲ ਆਏ ਸੀ ਅਹ it was a magical kind of thing that's what आपा? i was saying and jo aap bade dikhayo please mai konga ke udar te aake neadeyo shot lagke pehla oh di sthiti te thoda pa kaam te close aake dikhayo ji e e eh chula sir ji che pa che pa e chula se e pehla is condition si is condition vich this nahi reha vertically pehla ohna ne display kita si baad de ohna ne slant kar ditta si ਬਟ ਅਦਰ ਤੁਮ ਤੁਸੀਂ ਵਾਈਟ ਚ ਦੇਖ ਰਹੇ ਹੋ ਇਹ ਫੰਗਲ ਗਰੋਥ ਹੈ ਤਾਂ ਖਾਦਾ ਜਾ ਰਿਆ ਸੀ ਫੰਗਸ ਨਾਲ ਫਿਰ ਇਹ ਇਸ ਰੂਪ ਚ ਆ ਗਿਆ ਜੀ ਹਾਂ ਇਹ ਬਾਬਾ ਬੰਦਰ ਸਿੰਘ ਬਾਦੁਰ ਦਾ ਹੈ ਬਾਬਾ ਬੰਦਰ ਸਿੰਘ ਬਹਾਦਰ ਦਾ ਪੋਟਲੀ ਵਿੱਚ ਆਇਆ ਸੀ ਤੇ ਸਾਨੂੰ ਪਤਾ ਹੀ ਨਹੀਂ ਸੀ ਕਿ ਕਿਹੜੀ ਚੀਜ਼ ਕਿੱਧਰ ਜਾਏਗੀ ਕਿਉਂਕਿ ਕਾਫੀ ਲੋਕਾਂ ਨੇ ਕੱਟ ਲਿਆ ਸੀ ਥੱਲੋਂ ਤੇ ਜਦੋਂ देयर वर ਸਮ ਬਲੱਡ ਸਟੇਨਸ ਆਲਸੋ ਸੋ ਲੋਕਾਂ ਨੇ ਸਾਰਾ ਸਕਰਟ ਏਰੀਆ ਤੇ ਕੱਟ ਲਿਆ ਹੋਇਆ ਸੀ ਤੇ ਸਾਨੂੰ ਪਤਾ ਹੀ ਨਹੀਂ ਚੱਲ ਰਿਹਾ ਸੀ ਕਿ ਕਿਹੜੀ ਤਣੀ ਕਿੱਧਰ ਜਾਏਗੀ ਸੋ ਇਟ ਟੁਕ ਐਟ ਲੀਸਟ 2 3 ਮੰਥਸ ਟੂ ਅੰਡਰਸਟੈਂਡ ਕਿ ਨੈਕ ਕਿਸ ਤਰ੍ਹਾਂ ਦਾ ਆਏਗਾ ਐਂਡ ਆਲ ਸੋ ਵੀ ਕੁਡ ਪੁੱਟ ਪੁੱਟ ਇਟ ਬੈਕ ਇਹ ਸ਼੍ਰੀ ਹਰਮੰਦਰ ਸਾਹਿਬ ਹਾਂਜੀ ਇਹ ਉਹ ਵਾਲਾ ਏਰੀਆ ਹਰਦੀ ਹਰ ਕੀ ਪੌੜੀ ਤੇ ਉੱਤੇ ਵਾਲਾ ਜਿੱਧਰ ਬੜੀ ਬੀੜ ਪਈ ਹੋਈ ਹੈ ਅ ਬੜੇ ਅਕਸ਼ਰਾਂ ਵਿੱਚ ਹਸ ਲਿਖਿਤ ਗੁਰੂ ਗ੍ਰੰਥ ਸਾਹਿਬ ਜੀ ਹੈ ਉਹ ਵਾਲਾ ਏਰੀਆ ਤੋਂ 2 ਮਹੀਨੇ ਲਈ ਉਹ वेगेट ਕੀਤਾ ਗਿਆ ਸੀ ফর কনজারভেশন ওয়ার্ক সো ਇਧ बिफोर दी पिक्चर ਤੁਸੀਂ ਵੇਖੋਗੇ ਤੇ ਸਾਰਾ ਟੁੱਟਿਆ ਹੋਇਆ ਡੈਮੇਜਡ ਹੈ সো This gilding uh, we did it again and everything was cleaned I can ਮਤਲਬ ਤੁਹਾਨੂੰ ਪਿਕਚਰਸ ਦਿਖਾਈਏ ਸੀ ਤੇ ਤੁਹਾਨੂੰ ਪਤਾ ਚੱਲੇਗਾ ਕਿ ਕੀ ਡਿਫਰੈਂਸ ਆਇਆ ਸੀ ਇਨੀ ਬ੍ਰਿਕੀਆਂ ਸੀ ਹਾਂਜੀ ਜਦੋਂ ਤੁਹਾਡੇ ਕੋਲੇ ਕੋਈ ਕੰਮ ਚੱਲ ਕੇ ਆਉਂਦਾ ਹੈ ਜਾਂ ਤੁਹਾਡੇ ਕੋਲੇ ਕੋਈ ਆਉਂਦੀ ਹੈ ਇਹ ਚੀਜ਼ ਹਾਂਜੀ ਪਹਿਲਾਂ ਉਹਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਉਹਨੂੰ ਕਿਵੇਂ ਆਇਡੈਂਟੀਫਾਈ ਕੀਤਾ ਜਾਂਦਾ ਹੈ ਉਹਨੂੰ ਕਿਵੇਂ ਕੰਮ ਕਰਨਾ ਹੈ ਉਹਦਾ ਰੋਡ ਮੈਪ ਕਿਵੇਂ ਬੰਦਾ ਹੈ ਤਿੰਨ ਡਿਫਰੈਂਟ ਕੈਟਾਗਰੀਜ਼ ਤੁਸੀਂ ਇਹਨੂੰ ਡਿਵਾਈਡ ਕਰ ਸਕਦੇ ਹੋ ਸਾਰੇ ਕੰਮ ਨੂੰ ਜੀ ਫਰਸਟ ਇਜ਼ ਡਾਕੂਮੈਂਟੇਸ਼ਨ ਦਿਸ ਤਰ੍ਹਾਂ ਆਬਜੈਕਟ ਕੋਈ ਆਇਆ ਹੈ ਉਹਦੀ ਡਾਕੂਮੈਂਟੇਸ਼ਨ ਫੋਟੋ ਡਾਕੂਮੈਂਟੇਸ਼ਨ ਕੰਡੀਸ਼ਨ ਅਸੈਸਮੈਂਟ ਡਾਇਗਨੋਸਿਸ ਅ ਰਿਸਰਚ ਕੀਤੀ ਜਾਂਦੀ ਹੈ ਇਹ ਮਟੀਰੀਅਲ ਕੀ ਹੈ ਕਿਸ ਹਾਲਤ ਵਿੱਚ ਹੈ ਉਹਦੇ ਚ ਕੀ ਕੀ ਕੀਤਾ ਜਾ ਸਕਦਾ ਹੈ ਜੀ ਅ ਦੈਨ ਅ ਅਸੀਂ ਇੱਕ ਟ੍ਰੀਟਮੈਂਟ ਪ੍ਰੋਪੋਜ਼ਲ ਯਰ ਪਲਾਨ ਬਣਾਨੇ ਆ ਕਿ ਇਹਨੂੰ ਕੀ ਕੀ ਕਿਸ ਕਿਸ ਤਰ੍ਹਾਂ ਕਰਾਂਗੇ ਤਾਂ ਕਿ ਰਿਜ਼ਲਟਸ ਆਣਗੇ ਸ ਇਹ ਸਾਰਾ ਡਾਕੂਮੈਂਟੇਸ਼ਨ ਦਾ ਕੰਮ ਹੈ ਉਹਦੇ ਬਾਅਦ ਐਕਚੁਅਲ ਕਨ ਸਰਵੇਸ਼ਨ ਟ੍ਰੀਟਮੈਂਟ ਸਟਾਰਟ ਕੀਤੀ ਜਾਂਦੀ ਹੈ ਅ ਤੇ ਕਈ ਵਾਰੀ ਸਾਨੂੰ ਟ੍ਰੀਟਮੈਂਟ ਪਲਾਨ ਬਦਲਣਾ ਵੀ ਪੈਂਦਾ ਲਾਈਕ ਇਨਾਂ ਮੈਨੂਸਕ੍ਰਿਪਟਸ ਵਿੱਚ ਵੀ ਉਤੋਂ ਇਹ ਲੱਗ ਰਿਹਾ ਸੀ ਕਿ ਡੈਮੇਜ ਘਟੇ ਬਟ ਜਿਸ ਤਰ੍ਹਾਂ ਅਸੀਂ ਇੱਕ ਇੱਕ ਫੋਲੀਓ ਅਲੱਗ ਅਲੱਗ ਕਰ ਰਹੇ ਸੀ ਤੇ ਅੰਦਰ ਜ਼ਿਆਦਾ ਡੈਮੇਜ ਨਿਕਲਿਆ ਅੰਦਰ ਪਾਊਡਰ ਪਾਊਡਰ ਸੀ ਸੋ ਟ੍ਰੀਟਮੈਂਟ ਪਲਾਨ ਕਈ ਵਾਰੀ ਬਦਲਿਆ ਵੀ ਜਾਂਦਾ ਸੋ ਵੀ ਡੂ ਦਾ ਟ੍ਰੀਟਮੈਂਟ ਕਨ ਸਰਵੇਸ਼ਨ ਟ੍ਰੀਟਮੈਂਟ ਤੇ ਲਾਸਟ ਆ ਸਾਡਾ ਇੱਕ ਪ੍ਰੋਸੈਸ ਹੁੰਦਾ ਹੈ ਪ੍ਰਿਜ਼ਰਵੇਸ਼ਨ ਦਾ ਕਿ ਅੱਗੇ ਇਹਨੂੰ ਹੋਰ ਡੈਮੇਜ ਨਾ ਹੋਏ ਤੇ ਉਸ ਲਈ ਕਈ ਪ੍ਰੋਸੈਸਸਿਸ ਕੀਤੇ ਜਾਂਦੇ ਨੇ ਇਹ ਇਹ ਇਹਨੂੰ ਮੈਂ ਥੋੜਾ ਜਿਹਾ ਹੋਰ ਜੋੜਨਾ ਵੀ ਮੰਨ ਲਓ ਕੁਝ ਨਿਸ਼ਾਨੀਆਂ ਅੱਜ ਵੀ ਸਾਡੇ ਕੋਲੇ ਪਈਆਂ ਅੱਜ ਉਹਨਾਂ ਦੀ ਹਾਲਾਤ ਠੀਕ ਹੈ ਹਾਂਜੀ ਕੱਲ ਨੂੰ ਉਹਨਾਂ ਨੂੰ ਹੋਰ ਆਪਾਂ ਓਵੇਂ ਉਹਨਾਂ ਦੇ natural flow ਚ ਰੱਖਣਾ ਜਾਂ ਉਵੇਂ ਰੱਖਣਾ ਸਾਵਧਾਨੀਆਂ ਕੀ ਚਾਹੀਦੀਆਂ ਸਾਨੂੰ ਧਿਆਨ ਕਿਹੜੀਆਂ ਗੱਲਾਂ ਤੇ ਰੱਖਣਾ ਚਾਹੀਦਾ ਆ ਕੁਝ ਬੇਸਿਕ ਚੀਜ਼ਾਂ ਮੈਂ ਬਤਾ ਹਾਂਜੀ ਸਕਨੀਆ ਲਾਈਕ ਫਰਸਟ ਇਜ਼ ਮਿਨੀਮਮ ਹੈਂਡਲਿੰਗ ਕਿ ਅਸੀਂ ਉਹਦੀ ਹੈਂਡਲਿੰਗ ਘੱਟ ਤੋਂ ਘੱਟ ਹੋਵੇ ਕਿ ਅਗਰ ਉਹ ਮੈਨਸਕ੍ਰਿਪਟਸ ਨੇ ਜਾਂ ਰਿਟਰਨ ਮਟੀਰੀਅਲ ਹੈ ਜਾਂ ਫੋਟੋਗ੍ਰਾਫਸ ਨੇ ਉਹਨਾਂ ਦੀ ਡਿਜੀਟਲ ਇਮੇਜਸ ਤੁਸੀਂ ਰੱਖ ਲਓ ਤੇ ਤੁਸੀਂ ਪੜਨਾ ਹੈ ਜਾਂ ਉਹਨੂੰ ਵੇਖਣਾ ਹੈ ਤੇ ਉਹ ਡਿਜੀਟਲ ਇਮੇजेस ਵੇਖੋ ራਦਰ ਦੈਨ ਦ ਓਰੀਜਨਲ ਤੇ ਦੂਸਰਾ ਆ ਜਾਂਦਾ ਹੈ ਕਿ ਅ ਕਿਸ ਤਰ੍ਹਾਂ ਰੱਖ ਰਹੇ ਹੋ ਤੁਸੀਂ ਉਹਦੀਆਂ ਐਜੇਸ ਖਰਾਬ ਨਾ ਹੋ ਟੈਕਸਟਾਈਲੇ ਫੈਬਰਿਕ ਹੈ ਮੈਨੂਸਕ੍ਰਿਪਟਸ ਨੇ ਤੇ ਉਹਨਾਂ ਦੀ ਪ੍ਰੋਪਰ ਵੇ ਆਫ ਕੀਪਿੰਗ ਸਾਨੂੰ ਪਤਾ ਹੋਣੀ ਚਾਹੀਦੀ ਹੈ ਜਿਵੇਂ ਫੁਲਕਾਰੀ ਹੈ ਇੱਕ ਫੁਲਕਾਰੀ ਉਧਰ ਪਈ ਹੈ ਤੇ ਉਹਨੂੰ ਫੋਲਡ ਕਰਕੇ ਨਹੀਂ ਰੱਖਣਾ ਆ ਨਹੀਂ ਤੇ ਕਰੀਜ਼ਿਸ ਵਿੱਚ ਉਹ थ्रेड ਜਿਹੜਾ ਬ੍ਰिटल ਹੋ ਜਾਂਦਾ ਹੈ ਵਿਦ ਏਜ ਤੇ ਉਹ ਟੁੱਟਣ ਲੱਗ ਜਾਏਗਾ ਤੇ ਉਹਨੂੰ ਰੋਲ ਕਰਕੇ ਰੱਖਣਾ ਹੈ ਤੇ ਅਗਰ ਬਾਕਸਸ ਵਿੱਚ ਰੱਖਣਾ ਹੈ ਤੇ ਉਹ ਐਸਿਡ ਫਰੀ ਬਾਕਸਸ ਹੋਣੇ ਲੱਕੜ ਦੇ ਨਾ ਹੋਣ ਪਲਾਈਵੁੱਡ ਦੇ ਨਾ ਹੋਣ ਕਿਉਂਕਿ ਇਹ ਚੀਜ਼ਾਂ ਤੋਂ ਮਟੀਰੀਅਲ ਤੇ ਟੈਕਨੀਕ ਆਫ ਕੀਪਿੰਗ ਉਹ ਬੜੀ ਇੰਪੋਰਟੈਂਟ ਹੈ ਉਹ ਕਈ ਵਾਰੀ ਮੈਂ ਕਈ ਵਰਕਸ਼ਾਪਸ ਵਗੈਰਾ ਕਰਨੀਆਂ ਜਿਹੜੇ ਅੱਛਾ ਮੈਂ ਇਹਦੇ ਵਿੱਚ ਇੱਕ ਹੋਰ ਚੀਜ਼ ਹੈ ਜਦੋਂ ਤੁਸੀਂ 30 ਸਾਲਾਂ ਦਾ ਕੰਮ ਕੀਤਾ ਜਦੋਂ ਵੀ ਤੁਹਾਡੇ ਕੋਲੇ ਕੋਈ ਕੰਮ ਚੱਲ ਕੇ ਆਇਆ ਤੁਸੀਂ ਉਹਦੇ ਵਿੱਚ ਇੱਕ ਪੁਆਇੰਟ ਆਊਟ ਤਾਂ ਕੀਤਾ ਹਣਾ ਵੀ ਸਾਰੀਆਂ ਪ੍ਰੋਬਲਮਸ ਇੱਥੇ ਕਾਮਨ ਹੈ ਵੀ ਆਹ ਸਮੱਸਿਆ ਕਰਕੇ ਡੈਮੇਜ ਜ਼ਿਆਦਾ ਹੋਇਆ ਕਿ ਇਹ ਕਿਹੜੀ ਕੋਈ ਪ੍ਰੋਬਲਮ ਸ਼ਾਰਟ ਲਿਸਟ ਕੀਤੀ ਸਭ ਤੋਂ ਜ਼ਿਆਦਾ ਇੱਕ ਬਾਇਓਲੋਜੀਕਲ ਡੈਮੇਜ ਟਰਮਾਈਡ ਦਾ ਹੁੰਦਾ ਤੇ ਹਿਊਮਿਡਿਟੀ ਦਾ ਹੁੰਦਾ ਅੱਛਾ ਜੀ ਤੇ ਹਿਊਮਿਡਿਟੀ ਮੈਕਸਿਮਮ ਡੈਮੇਜ ਹਿਊਮਿਡਿਟੀ ਕਰਕੇ ਤੇ ਟਰਮਾਈਡ ਐਂਡ ਇਨਸੈਕਟ অর ਫੰਗਸ ਕਰਕੇ ਹੁੰਦਾ ਤੇ ਇਹ ਅਗਰ ਅਸੀਂ ਹਿਊਮਿਡਿਟੀ ਹੀ ਮੈਂਟੇਨ ਕਰ ਲਈਏ ਅਸੀਂ ਕਾਫੀ ਸਾਰੇ ਮੈਨੂਸਕ੍ਰਿਪਟ ਵੀ ਕੀਤੇ ਨੇ ਜਿਨ੍ਹਾਂ ਨੂੰ ਅਸੀਂ ਐਸਿਡ ਫਰੀ ਬਾਕਸਸ ਵਿੱਚ ਸਟੋਰ ਕਰਕੇ ਭੇਜਿਆ ਵਿੱਚ ਉਹਨਾਂ ਵਿੱਚ ਅਸੀਂ ਸਟ੍ਰਿਪਸ ਲਾਈਆਂ ਨੇ ਜਿਹੜੀ ਹਿਊਮਿਮਿਡਿਟੀ ਨੂੰ ਕੰਟਰੋਲ ਕਰਦੀਆਂ ਨੇ ਤੇ ਅਗਰ ਹਿਊਮਿਡਿਟੀ ਅਸੀਂ ਕੰਟਰੋਲ ਕਰਨੇ ਆ ਤੇ ਕਾਫੀ ਹੱਦ ਤੱਕ ਫੰਗਸ ਕੰਟਰੋਲ ਕਰ ਲੈਂਦਾ ਅਸੀਂ ਔਰ ਵਾਟਰ ਨਾਲ ਜਿਹੜਾ ਡੈਮੇਜ ਹੁੰਦਾ ਹੈ ਮੌਇਸਚਰ ਨਾਲ ਉਹ ਕੰਟਰੋਲ ਕਰ ਲਿੱਤਾ ਤੇ ਟਰਮਾਈਟ ਫਿਰ ਵੀ ਬਚ ਜਾਂਦਾ ਤੇ ਇਹਦੇ ਲਈ ਵੀ ਇੱਕ ਨਵਾਂ ਤਰੀਕਾ ਹੈ ਐਨੋਕਸੀਆ ਵੀ ਅਸੀਂ ਕਹਿੰਦੇ ਆਂ ਕਾਫੀ ਸਾਰੀ ਅਸੀਂ ਕਲੈਕਸ਼ਨ ਨੂੰ ਐਨੋਕਸਿਕ ਟ੍ਰੀਟਮੈਂਟ ਕਰਕੇ ਕੀਤਾ ਹੈ ਉਹਦੇ ਵਿੱਚ ਅਸੀਂ ਐਸੇ ਬੈਗਸ ਵਿੱਚ ਰੱਖਨੇ ਆਂ ਸਪੈਸ਼ਲ ਪਲਾਸਟਿਕ ਹੁੰਦਾ ਦੇਖਣ ਵਿੱਚ ਉਹ ਨਾਰਮਲ ਪਲਾਸਟਿਕ ਬੈਗ ਲੱਗਦਾ ਹੈ ਲੇਕਿਨ ਉਹ ਸਪੈਸ਼ਲ ਹੁੰਦਾ ਜਿੱਦੇ ਵਿੱਚ ਆਕਸੀਜਨ ਪਾਸ ਨਹੀਂ ਕਰ ਸਕਦੀ ਤੇ ਅਸੀਂ ਉਹਨੂੰ ਸੀਲ ਕਰਦੇ ਨੇ ਅੰਦਰ ਮਿਨੀਮਮ ਆਕਸੀਜਨ ਰੱਖਦੇ ਆ ਵੈਕਿਊਮ ਕ੍ਰੀਏਟ ਕਰਕੇ ਨਾਈਟ੍ਰੋਜਨ ਤੁਸੀਂ ਪਾ ਸਕਦੇ ਹੋ ਜਾਂ ਨਹੀਂ ਵੀ ਪਾ ਸਕਦੇ ਡਿਪੈਂਡਿੰਗ ਅਪਨ ਯਰ ਰਿਕੁਆਇਰਮੈਂਟ ਐਂਡ ਬਜਟ ਐਲਸੋ ਤੇ ਐਨੋਕਸਿਕ ਬੈਗਸ ਵਿੱਚ ਰੱਖਦੇ ਏ ਜਾਂ ਹਿਊਮਿਡਿਟੀ ਮੇਨਟੇਨ ਬੈਗਸ ਵਿੱਚ ਰੱਖਦੇ ਏ ਐਨੋਕਸਿਕ ਬੈਗਸ ਵਿੱਚ ਹਿਊਮਿਡਿਟੀ ਵੀ ਕੰਟਰੋਲ ਹੋ ਜਾਂਦੀ ਏ ਤੇ ਆ ਆਕਸੀਜਨ ਵੀ ਕੰਟਰੋਲ ਹੋ ਜਾਂਦਾ ਤੇ ਵਿਦਆਊਟ ਆਕਸੀਜਨ ਕੁਝ ਵੀ ਸਰਵਾਈਵ ਨਹੀਂ ਕਰਦਾ ਤੇ ਕੀੜੇ ਆਣਗੇ ਹੀ ਨਹੀਂ ਤੇ ਅਸੀਂ ਸਪੈਸ਼ਲ ਬੈਗਸ ਹੁੰਦੇ ਨੇ ਸੋ ਅਸੀਂ ਕਾਫੀ ਸਾਰਾ ਟੈਕਸਟਾਈਲ ਇਨੋਕਸਿਆ ਟ੍ਰੀਟਮੈਂਟ ਕਰਕੇ ਕੀਤਾ ਹੈ ਪੈਕ ਜੀ ਜੇ ਇੰਡੀਆ ਲੈਵਲ ਤੇ ਗੱਲ ਕਰੀਏ ਤਾਂ ਪੰਜਾਬ ਦੇ ਪੱਖ ਤੋਂ ਵੀ ਤੁਸੀਂ ਦੱਸੋ ਸਾਨੂੰ ਕਿ ਕਿੰਨੇ ਕੁ ਲੋਕ ਹੈ ਜਿਹੜੇ ਇਸ ਇਸ ਤਰ੍ਹਾਂ ਦੀ ਤਕਨੀਕ ਤੇ ਕੰਮ ਕਰ ਰਹੇ ਹੈ ਅ ਪਹਿਲਾਂ ਤੇ ਬੜੀ ਗਿਣਤੀ ਦੇ ਫਿੰਗਰ ਟਿਪਸ ਤੇ ਤੁਸੀਂ ਗਿਣ ਸਕਦੇ ਸੀ ਹੁਣ ਕਾਫੀ ਬੱਚੇ ਹਰ ਸਾਲ ਇੱਕ ਕੋਰਸ ਕਰ ਰਹੇ ਨੇ ਲੇਕਿਨ ਕੁਆਲਿਟੀ ਆਫ ਐਜੂਕੇਸ਼ਨ ਇਸ ਵੇਲੇ ਇੰਨੀ ਅੱਛੀ ਨਹੀਂ ਹੈ ਕਿਉਂਕਿ ਪੜਹਾਨ ਵਾਲਿਆਂ ਦੀ ਵੀ ਕਮੀ ਹੈ ਜਿਸ ਤਰ੍ਹਾਂ ਦਿੱਲੀ ਵਿੱਚ ਜਿਹੜੇ ਕੋਰਸਸ ਚੱਲ ਰਹੇ ਨੇ ਮਾਸਟਰਸ ਜਿੱਥੇ ਮੈਂ ਕੀਤੀ ਸੀ ਹੁਣ ਉਸੇ ਇੰਸਟੀਚਿਊਟ ਵਿੱਚ ਕਾਫੀ ਕਮ ਪੜਹਾਨ ਵਾਲੇ ਨੇ ਹੁਣ ਧੀਰੇ 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 ਉਹ ਵੱਧ ਰਿਹਾ ਬੈਟਰ ਹੋ ਰਿਹਾ ਹੈ ਬਟ ਕੁਐਸਚਨ ਕੀ ਸੀ ਕਿ ਐਜੂਕੇਸ਼ਨ ਦਾ ਨਾ ਹਾਂਜੀ ਸੋ ਕਾਫੀ ਬੱਚੇ ਹਰ ਸਾਲ ਆ ਰਹੇ ਨੇ ਬਟ ਦੇ ਆਰ ਨਾਟ ਵੈਰੀ ਜੇ ਤੁਸੀਂ ਵੇਖੋ ਜਿਵੇਂ ਤੁਸੀਂ 30 ਸਾਲ ਤੋਂ ਕੰਮ ਕਰ ਰਹੇ ਹੋ ਪੰਜਾਬ ਚ ਕੋਈ ਨਹੀਂ ਹੈ ਤੁਹਾਡੇ ਨਹੀਂ ਪੰਜਾਬ ਚ ਕੋਈ ਨਹੀਂ ਹੈ ਪੂਰੇ ਇੰਡੀਆ ਵਿੱਚ ਤਿੰਨ ਜਾਂ ਚਾਰ ਆਰਗੇਨਾਈਜੇਸ਼ਨਸ ਨੇ ਐਂਡ ਉਹਨਾਂ ਦਾ ਵੀ ਮੇਨ ਫੋਕਸ ਬਿਲਡਿੰਗ ਕਨ ਸਰਵੇਸ਼ਨ ਤੇ ਹੈ ਤੇ ਮਟੀਰੀਅਲ ਕਨ ਸਰਵੇਸ਼ਨ ਤੇ ਇੱਕ ਜਾਂ ਦੋ ਆਰਗੇਨਾਈਜੇਸ਼ਨਸ ਨੇ ਅੱਛਾ ਇਹਦੇ ਵਿੱਚ ਪਾਰਟਸ ਕੀ ਹੁੰਦੇ ਨੇ ਲੈਂਡਸਕੇਪ ਜਿਹੜੇ ਮੈਪਿੰਗ ਕਰਦੇ ਆ ਜਾਂ ਕਿਹੜੇ ਕਿਹੜੇ ਵਰਕ ਕੰਮ ਕਰਦੇ ਕਿ ਟੀਮ ਕੰਮ ਕਰਦੀ ਹੈ ਕਿਹੜੇ ਕਿਹੜੇ ਜਿਹੜੇ ਪੋਰਸ਼ਨ ਹੈ ਇਸ ਟੀਮ ਦੇ ਮੈਂ ਤੁਹਾਨੂੰ ਦੱਸਨੀ ਆ ਕਿ ਆ ਕਨ ਸਰਵੇਸ਼ਨ ਵਿੱਚ ਇੱਕ ਤੇ ਆਰਕੀਟੈਕਚਰਲ ਕਨ ਸਰਵੇਸ਼ਨ ਆ ਜਾਂਦਾ ਹੈ ਇਟਸ ਅ ਸਮਾਲ ਪਾਰਕ ਐਂਡ ਆਰਕੀਟੈਕਚਰਲ ਕਨ ਸਰਵੇਸ਼ਨ ਵਿੱਚ ਵੀ ਸਿਰਫ ਆਰਕੀਟੈਕਚਰਲ ਕੰਮ ਨਹੀਂ ਹੁੰਦੇ ਮਟੀਰੀਅਲ ਕਨ ਸਰਵੇਸ਼ਨ ਹੁੰਦੀ ਹੈ ਜਿ세 도ਰਸ ਨੇ बड़े-बड़े डोर्स ਤੁਸੀਂ ਕਿਲੇ ਵਿੱਚ ਵੇਖੋਗੇ ਉਹਨਾਂ ਵਿੱਚ ਡੈਕੋਰੇਸ਼ਨ ਹੋਈ ਹੁੰਦੀ ਹੈ ਕਈ ਵਾਰੀ ਮੈਟਲ ਦੀ ਮਾਈਕਾ ਦੀ ਪੇਂਟਿੰਗਸ ਦੀ ਤੇ ਪੇਂਟ ਲੇਅਰਸ ਹੁੰਦੀਆਂ ਨੇ ਤੇ ਵੁੱਡ ਹੁੰਦੀ ਹੈ ਤੇ ਉਹ ਸਾਰਾ ਜੋ ਮਟੀਰੀਅਲ ਕਨਜ਼ਰਵੇਸ਼ਨ ਹੈ ਉਹ ਮਟੀਰੀਅਲ ਕਨਜ਼ਰਵੇਟਰ ਹੀ ਟ੍ਰੀਟ ਕਰਦਾ ਹੈ ਤੇ ਮਟੀਰੀਅਲ ਕਨਜ਼ਰਵੇਸ਼ਨ ਵਿੱਚ ਵੀ ਸਪੈਸ਼ਲਾਈਜ਼ੇਸ਼ਨਸ ਵੀ ਆ ਜਾਂਦੀਆਂ ਨੇ ਇੰਡੀਆ ਵਿੱਚ ਅਸੀਂ ਸਾਰਾ ਕੁਝ ਇਕੱਠਾ ਹੀ ਕਰ ਰਹੇ ਹਾਂ ਇੱਕ ਕਨਜ਼ਰਵੇਟਰ ਸਾਰਾ ਕੁਝ ਕਰਦਾ ਹੈ ਮੈਂ ਇਹੀ ਤੁਹਾਨੂੰ ਪੁੱਛਣਾ ਚਾਹੁੰਦਾ ਬਹੁਤ ਥਾਵਾਂ ਤੇ ਅੱਜ ਵੀ ਚੀਜ਼ਾਂ ਪਈਆਂ ਹਾਂਜੀ ਉਹ ਹੈ ਤਾਂ ਸੰਭਾਲੀਆਂ ਵੀ ਆ ਹਾਂਜੀ ਕਈ ਵਾਰੀ ਉਥੇ ਟੈਕਨੀਕ ਦਾ ਜਿਹੜਾ ਪਾਰਟ ਆਫ ਮਿਸਿੰਗ ਹੁੰਦਾ ਹਾਂਜੀ ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦੀਆਂ ਕਿ ਅਵੇਅਰ ਕਰਨ ਨਾਲ ਆ ਪੱਖ ਵੀ ਆ ਚੀਜ਼ਾਂ ਵੀ ਨਾਲ ਜੋੜਨੀਆਂ ਪੈਣੀਆਂ ਤਾਂ ਇਹਨੂੰ ਲੰਬੇ ਸਮੇਂ ਲਈ ਸੰਭਾਲਿਆ ਜਾ ਸਕਦਾ ਹੈ ਅਵੇਅਰਨੈਸ ਤੇ ਅਸੀਂ ਕਾਫੀ ਕੰਮ ਕਰ ਰਹੇ ਹਾਂ ਕਾਫੀ 15 20 ਸਾਲਾਂ ਤੋਂ ਨਾਰਮਲ ਪਬਲਿਕ ਨੂੰ ਪਤਾ ਚੱਲੇ ਕਿ ਕਿਸ ਤਰ੍ਹਾਂ ਚੀਜ਼ਾਂ ਨੂੰ ਸੰਭਾਲਿਆ ਜਾਣਾ ਚਾਹੀਦਾ ਹੈ ਅ ਵਰਕਸ਼ਾਪਸ ਕਰ ਰਹੇ ਆ ਅਸੀਂ ਰੈਗੂਲਰ ਐਵਰੀ ইয়ার ਅਸੀਂ ਕੋਈ ਕੋਈ ਵਰਕਸ਼ਾਪ ਕਰਨੇ ਆ ਫ੍ਰੀ ਆਫ ਕੋਸਟ ਹੁੰਦੀ ਏ ਐਂਡ ਕੋਈ ਵੀ ਉਹਦੇ ਵਿੱਚ ਪਾਰਟਿਸਿਪੇਟ ਕਰ ਸਕਦਾ ਹੈ ਅ ਚੀਜ਼ਾਂ ਉਹਦੇ ਵਿੱਚ ਕਾਫੀ ਨੇ ਕੁਝ ਤੇ ਮੈਂ ਮੈਂਸ਼ਨ ਕੀਤੀਆਂ ਹਿਮੀਡਿਟੀ ਕੰਟਰੋਲ ਆਕਸੀਜਨ ਐਂਡ ਹੈਂਡਲਿੰਗ ਕਿਸ ਤਰ੍ਹਾਂ ਹੈਂਡਲ ਕਰਨਾ ਹੈ ਅਗਰ ਕਾਗਜ਼ ਨੇ ਤੇ ਕਿਸ ਤਰ੍ਹਾਂ ਦੇ ਫੋਲਡਰ ਹੋਣੇ ਚਾਹੀਦੇ ਨੇ ਕਿਸ ਮਟੀਰੀਅਲ ਦੇ ਫੋਲਡਰ ਹੋਣੇ ਚਾਹੀਦੇ ਨੇ ਤੇ ਬੇਸਿਕ ਜਿਹੜਾ ਹੈ ਕਿ ਲਾਈਕ ਰੈਕ ਹੋਵੇ ਰੈਕ ਹੋਵੇ ਰੈਕ ਹਾਂ ਸਟੋਰੇਜ ਕਿਸ ਤਰ੍ਹਾਂ ਦੀ ਸਟੋਰੇਜ ਹਾਂਜੀ ਤੇ ਈਵਨ ਜੋ ਐਡਹੈਸਿਵਸ ਨੇ ਅਸੀਂ ਮੋਸਟਲੀ ਲੋਕ ਸੋਚਦੇ ਨੇ ਕਿ ਇਹ ਕਨ ਸਰਵੇਸ਼ਨ ਦਾ ਕੰਮ ਰਿਪੇਅਰ ਦਾ ਕੰਮ ਹੈ ਹਾਂ ਜੀ ਇਹ ਮੈਂ ਮੈਂ ਉਹੀ ਮੈਂ ਤੁਹਾਡੇ ਨਾਲ ਜੋੜਨੀ ਸੀ ਵੀ ਇਹ ਰਿਪੇਅਰ ਹੈ ਨਹੀਂ ਇਹ ਮੈਂ ਰਿਪੇਅਰ ਤੇ ਹੋ ਰਹੀ ਹੈ ਇਨ ਦਾ ਪ੍ਰੋਸੈਸ ਹੋ ਰਹੀ ਹੈ ਆਫ ਕੋਰਸ ਵੀ ਆ ਰੀਟਿੰਗ ਸੋ ਟਰੀਟਮੈਂਟ ਬੈਟਰ ਟਰਮ ਰਹੇਗੀ ਤੇ ਰਿਪੇਅਰ ਦੇ ਕੰਮ ਵਿੱਚ ਤੁਸੀਂ ਕੀ ਕਰੋਗੇ ਕੋਈ ਫਟਾ ਫਟਿਆ ਹੋਇਆ ਕੋਈ ਡਾਕੂਮੈਂਟ ਜਾਂ ਕੁਝ ਤੁਸੀਂ ਯੂਜ਼ ਸੈਲੋ ਟੇਪ ਜਾਂ ਐਡਹਸਿਵ ਤੇ ਮੈਂ ਕਈ ਵਾਰੀ ਦਿਖਾਨੀਆਂ ਆ ਪਿਕਚਰ ਜਿੱਥੇ ਸੈਲੋ ਟੇਪ ਜੋ ਅੱਜ ਦੇ ਟਾਈਮ ਤੇ ਟਰਾਂਸਪੇਰੈਂਟ ਜਦੋਂ ਤੁਸੀਂ ਲਾ ਰਹੇ ਹੋ ਤੇ ਹਰਿਆਣਾ ਆਰਕਾਈਵਸ ਵਿੱਚ ਇੱਕ ਡਾਕੂਮੈਂਟ ਸੀ ਮੈਨੂਸਕ੍ਰਿਪਟ ਸੀ which was treated by cello tape ਤੇ ਉਸ ਵੇਲੇ ਲੱਗਦਾ ਕਿ ਅਸੀਂ ਇਹਨੂੰ ਜੋੜ ਦਿੱਤਾ ਤੇ ਉਹ 40 50 ਸਾਲ ਬਾਅਦ ਜਦੋਂ ਦੇਖਿਆ ਵਰਡ ਹੈਰੀਟੇਜ ਡੇ ਵਾਲੇ ਦਿਨ ਅਸੀਂ ਕੁਝ ਉਹਨਾਂ ਦੇ ਡਾਕੂਮੈਂਟਸ ਖੋਲੇ ਤੇ ਉਹ ਜਿੱਥੇ ਸੈਲੋਟੇਪ ਲੱਗੀ ਸੀ ਉਧਰੋਂ ਪੇਪਰ ਜ਼ਿਆਦਾ ਬ੍ਰਾਊਨ ਡਾਰਕ ਬ੍ਰਾਊਨ ਹੋ ਗਿਆ ਹੋਇਆ ਸੀ ਆਲਮੋਸਟ ਬਲੈਕ ਤੇ ਫਟ ਗਿਆ ਸੀ ਕਿਉਂਕਿ ਜਿਹੜਾ ਐਡਹੈਸਿਵ ਸੈਲੋ ਟੇਪ ਵਿੱਚ ਹੈ ਉਹ ਵਿਦ ਏਜ ਬਰਾਊਨ ਹੋ ਜਾਂਦਾ ਹੈ ਤੇ ਐਸਿਡਿਕ ਹੋ ਜਾਂਦਾ ਹੈ ਤੇ ਪੇਪਰ ਬਾਕੀ ਬਚਿਆ ਹੋਇਆ ਸੀ ਜਿੱਥੇ ਸੈਲੋ ਟੇਪ ਲੱਗੀ ਸੀ ਉੱਥੇ ਉਹ ਜ਼ਿਆਦਾ ਐਸਿਡਿਕ ਹੋ ਗਿਆ ਸੀ ਤੇ ਪੜਿਆ ਵੀ ਨਹੀਂ ਜਾ ਰਿਹਾ ਸੀ ਤੇ ਮੇਬੀ ਜਦ ਰਿਪੇਅਰ ਤੁਸੀਂ ਕਰਦੇ ਹੋ ਤੇ ਤੁਸੀਂ ਸੋਚਦੇ ਹੋ ਕਿ ਇਸ ਵੇਲੇ ਮੈਂ ਕੋਈ ਟਰਾਂਸਪੇਰੈਂਟ ਐਡਹੈਸਿਵ ਯੂਜ਼ ਕਰ ਰਹੇ ਹਾਂ ਜਾਂ ਸਟੇਪ ਯੂਜ਼ ਕਰ ਰਹੇ ਹਾਂ ਉਹਦੇ ਨਾਲ ਉਹ ਠੀਕ ਹੋ ਗਿਆ ਜਾਂ ਜ਼ਿਆਦਾਤਰ ਲੋਕ ਕੀ ਕਰਦੇ ਨੇ ਕਿ ਕੋਈ ਕ੍ਰਸਟ ਚੀਜ਼ ਹੈ ਪੇਪਰ ਹੈ ਤੇ ਤੁਸੀਂ ਉਹਨੂੰ ਬੋਰਡ ਤੇ ਚਿਪਕਾ ਦਿੰਦੇ ਹੋ ਤੁਸੀਂ ਸੋਚਦੇ ਹੋ ਕਿ ਐ ਹੁਣ ਸਹੀ ਸਿੱਧਾ ਰਹੇਗਾ ਔਰ ਸੰਭਲਿਆ ਰਹੇਗਾ ਲੇਕਿਨ ਬੋਰਡ ਜਿਹੜਾ ਹੁੰਦਾ ਹੈ ਉਹ ਸਭ ਤੋਂ ਜ਼ਿਆਦਾ ਨੁਕਸਾਨ ਦੇ ਕਰ ਨੁਕਸਾਨ ਕਰਦਾ ਹੈ ਬਿਕੋਜ਼ ਉਹਦੇ ਵਿੱਚੋਂ ਐਸਿਡਿਕ ਫਿਊਮ ਸਾਰਾ ਸਾਰੀ ਉਮਰ ਨਿਕਲਦੀਆਂ ਰਹਿੰਦੀਆਂ ਨੇ ਜਿਹੜਾ ਬਰਾਊਨ ਬੋਰਡ ਹੁੰਦਾ ਹੈ ਜੇ ਪਲਾਈ ਬੋਰਡ ਹੋਵੇ ਤੇ ਅਗਰ ਤੁਸੀਂ ਬੋਰਡ ਤੇ ਲਾਣਾ ਹੈ ਉਹ ਐਸਿਡ ਫ੍ਰੀ ਹੋਣਾ ਚਾਹੀਦਾ ਬੋਰਡ ਤੇ ਲਾਣਾ ਹੀ ਨਹੀਂ ਚਾਹੀਦਾ ਕੋਈ ਬਿਕੋਜ਼ ਇੱਕ ਫਿਜ਼ਿਕਸ ਦਾ ਲਾਅ ਹੈ ਕਿ ਜਦੋਂ ਤੁਸੀਂ ਦੋ ਚੀਜ਼ਾਂ ਨੂੰ ਜੋੜਦੇ ਹੋ ਹਮੇਸ਼ਾ ਲਈ ਉਹ ਨਹੀਂ ਜੁੜਾ ਰਹੇਗਾ ਕਿਉਂਕਿ ਐਡਹਸਿਵ ਕਾ ਉਹਦੀ ਏਜ ਹੋਏਗੀ ਉਹ ਥੋੜਾ এনवायरमेंटਲ ਕੰਡੀਸ਼ਨਸ ਨਾਲ ਅਲੱਗ ਹੋਏਗਾ ਜਦੋਂ ਵੀ ਅਲੱਗ ਹੋਏਗਾ ਤੇ ਜਿਹੜੀ ਚੀਜ਼ ਪਤਲੀ ਆ ਵੀਕ ਹੈ ਦੈਟ ਇਜ਼ ਸੈਕ੍ਰੀਫਾਈਜ਼ਡ ਜੋ ਸਟਰੋਂਗ ਹੈ ਉਹ ਆਪਣੀ ਜਗ੍ਹਾ ਤੇ ਰਹੇਗੀ ਦੂਜੀ ਖਤਮ ਹੋ ਗਈ ਦੂਜੀ ਖਤਮ ਤਾਂ ਹਮੇਸ਼ਾ ਅਸੀਂ ਕਨਜ਼ਰਵੇਟਰਸ ਹਾਲਾਂਕਿ ਉਹ ਕਲਾਇਐਂਟਸ ਨੂੰ ਸ਼ਾਇਦ ਪਸੰਦ ਨਾ ਆਏ ਕਿ ਉਹਨਾਂ ਪਲੈਨ ਨਹੀਂ ਹੋਇਆ ਜਿੰਨਾ ਇੱਕ ਬੋਰਡ ਤੇ ਲਾ ਕੇ ਹੋ ਗਿਆ ਹੋਇਆ ਸੀ ਤੇ ਅ ਅਸੀਂ ਉਹਨੂੰ ਮੋਟੀ ਚੀਜ਼ ਤੇ ਨਹੀਂ ਲਾਵਾਂਗੇ ਕਦੇ ਵੀ ਵਿਲ ਵਿਲ ਯੂਜ਼ ਦ ਸਾਇੰਟਿਫਿਕ ਨੋਲੇਜ ਟੂ ਅੰਡਰਸਟੈਂਡ ਕਿ ਓਵਰ ਆਲ ਜ਼ਿਆਦਾ ਟਾਈਮ ਲਈ ਹੁਣ ਇਹ ਤਾਂ ਤੁਹਾਨੂੰ ਅੱਛਾ ਲੱਗੇਗਾ ਲੇਕਿਨ ਓਵਰ ਦ ਪੀਰੀਅਡ ਆਫ ਟਾਈਮ ਉਹ ਨੁਕਸਾਨ ਕਰੇਗਾ ਅੱਛਾ ਆਪਾਂ ਕਿੰਨੇ ਏਜ ਦੇ ਕਿਸੇ ਮਟੀਰੀਅਲ ਨੂੰ ਜੰਗ ਕਿਸੇ ਇਮਾਰਤ ਨੂੰ ਜਾਂ ਕਿਸੇ ਕੱਪੜੇ ਨੂੰ ਠੀਕ ਕਰ ਸਕਦੇ ਹਾਂ ਕਿੰਨੀ ਏਜ ਦੇ ਹਮਨ ਲੋ ਵੀ 100 ਸਾਲ ਪੁਰਾਣੇ ਨੂੰ 200 ਸਾਲ ਨਹੀਂ ਨਹੀਂ ਉਹ ਤਾਂ ਕਿਸੇ ਵੀ 1000 ਸਾਲ ਪੁਰਾਣੇ ਵੀ ਟੈਕਸਟਾਈਲ ਅਸੀ ਕਨਜ਼ਰਵੇਟਰਸ ਨੇ ਥਰੋਅਆਊਟ ਦ ਵਰਡ ਕੀਤੇ ਹੋਏ ਨੇ ਤੇ ਜਿਹੜੇ ਐਕਸਕੇਵੇਸ਼ਨਸ ਵਿੱਚ ਨਿਕਲਦੇ ਨੇ ਸੋ ਉਹ ਵੀ ਚੀਜ਼ ਸਾਡੇ ਸਾਹਮਣੇ ਆਂਦੀ ਏ ਤੇ ਅਸੀਂ ਉਸ ਸਟੇਟ ਵਿੱਚ ਉਹਨੂੰ ਅਰੈਸਟ ਕਰ ਸਕਦੇ ਹਾਂ ਉਹ ਕੋਈ ਵੀ ਹੋਵੇ ਸੋ ਕਿਤਨੇ ਵੀ ਸਾਲ ਪੁਰਾਣੀ ਹੋਵੇ ਤੇ ਅ ਐ ਆਫਕੋਰਸ ਹੈ ਕਿ ਜੋ ਲਾਸ ਹੋ ਚੁਕਿਆ ਹੈ ਅਸੀਂ ਉਹਨੂੰ ਨਹੀਂ ਵਾਪਸ ਕਰ ਸਕਦੇ ਲੇਕਿਨ ਜਿੰਨਾ ਕੁਝ ਬਚਿਆ ਹੋਇਆ ਉਸ ਤੇ ਅਰੈਸਟ ਕਰ ਸਕਦੇ ਜਿਹੜੀਆਂ ਸਾਡੇ ਪੰਜਾਬ ਦੀ ਵਿਰਾਸਤ ਨਾਲ ਹਿਸਟਰੀ ਨਾਲ ਜੁੜੀਆਂ ਹੋਈਆਂ ਪੇਂਟਿੰਗਸ ਨੇ ਕਲਾ ਕਿਰਤਾ ਹੈ ਉਹਨੇ ਜੇ ਤੁਸੀਂ ਦੇਖਦੇ ਹੋ ਟੈਕਨੀਕ ਦੇ ਪੱਖੋਂ ਤੇ ਕਿਵੇਂ ਮਹਿਸੂਸ ਕਰਦੇ ਹੋ ਕਿਸ ਤਰ੍ਹਾਂ ਦੀ ਟੈਕਨੀਕ ਸੀ ਜਾਂ ਕਿ ਵੱਖਰੀ ਸੀ ਸਾਡੇ ਜਿਹੜੇ ਲੋਕ ਸੀ ਕਿਵੇਂ ਦੇ ਸੀ ਉਹਨਾਂ ਦੀ ਸੋਚ ਉੱਥੋਂ ਪਤਾ ਲੱਗਦੀ ਹੁੰਦੀ ਉਹ ਕਿੰਨਾ ਲੰਬਾ ਚਾਹੁੰਦੇ ਸੀ ਜਾਂ ਕਿੰਨੀ شدت ਨਾਲ ਬਣਿਆ ਹੁੰਦਾ ਸੀ ਪੁਰਾਣੀਆਂ ਚੀਜ਼ਾਂ ਕਾਫੀ ਸਟੇਬਲ ਹੁੰਦੀਆਂ ਨੇ ਕਿਉਂਕਿ ਉਹ ਮਟੀਰੀਅਲ ਕਾਫੀ ਟਰਾਇਡ ਐਂਡ ਟੈਸਟਡ ਹੁੰਦਾ ਅੱਛਾ ਜਿ세 ਵਾਲ ਪੇਂਟਿੰਗਸ ਅਸੀਂ ਅਗਰ ਵੇਖੀਏ ਤੇ ਐ ਨਹੀਂ ਕਿ ਉਹ ਕਿਸੇ ਵੀ ਅੱਜ ਅਸੀਂ ਅਗਰ ਵਾਲ ਤੇ ਪੇਂਟਿੰਗਸ ਕਰਨੇ ਆ ਤੇ ਉਹ ਡਾਇਰੈਕਟਲੀ ਸਿਮੈਂਟ ਤੇ ਪੇਂਟ ਹੋਇਆ ਹੋਇਆ ਉਹਦੇ ਉੱਤੇ ਤੁਸੀਂ ਪੇਂਟਿੰਗ ਸਟਾਰਟ ਕਰ ਦੋਗੇ ਲੇਕਿਨ ਪਹਿਲੇ ਇੱਕ ਆਹ ਪ੍ਰੋਸੈਸ ਹੁੰਦਾ ਸੀ ਕਿ ਬ੍ਰਿਕ ਵਾਲੇ ਜਾਂ ਸਟੋਨ ਵਾਲਸ ਤੇ ਵੀ ਮੈਂ ਵੇਖੀਆਂ ਨੇ ਆਹ ਹੁਸ਼ਿਆਰਪੁਰ ਵਿੱਚ ਅਸੀਂ ਇੱਕ ਸਾਈਟ ਤੇ ਕੀਤਾ ਸੀ ਜੰਗਲ ਵਿੱਚ ਉਹ ਸਾਈਟ ਸੀ ਤੇ ਸਟੋਨ ਹੋਏ ਜਾਂ ਬ੍ਰਿਕ ਵਾਲ ਹੋਏ ਉਹਦੇ ਉੱਤੇ ਪਹਿਲੇ ਉਹ ਮੋٹے ਪੈਬਲਸ ਵਗੈਰਾ ਕੁਝ ਡਾਲ ਕੇ ਜਾਂ ਕੁਝ ਰਫਸ ਡਾਲ ਕੇ ਜਿਹੜੀ ਪੂਰੀ ਟੈਕਨੀਕ ਨੂੰ ਫੋਲੋ ਕੀਤਾ ਜਾਂਦਾ ਸੀ ਹਾਂਜੀ ਤੇ ਇੱਕ ਰਫ ਇੱਕ ਪਲਾਸਟਰ ਲਗਾਣਗੇ ਉਤੋਂ ਫਾਈਨ ਦੈਨ ਉਦੋਂ ਫਾਈਨ ਤੇ ਉਹਦੀ ਰੇਸ਼ੋ ਹੁੰਦੀ ਸੀ ਕਿ ਇੰਨਾ ਇਹਦੇ ਚ ਸੈਂਡ ਪਏਗਾ ਇੰਨਾ ਇਹਦੇ ਚ ਬ੍ਰਿਕ ਜੀਰਾ ਪਏਗਾ ਔਰ ਇੰਨਾ ਇਹਦੇ ਚ ਲਾਈਨ ਪਏਗਾ ਤੋਂ ਚਾਰ ਜਾਂ ਪੰਜ ਲੇਅਰਸ ਰਫ ਟੂ ਫਾਈਨ ਪਹਿਲਾਂ ਬੰਦੀਆਂ ਸਨ ਤੇ ਉਹਦੇ ਉੱਤੇ ਪੇਂਟਿੰਗ ਹੁੰਦੀ ਸੀ ਤੇ ਅਗਰ ਫਰੈਸਕੋ ਅਸੀਂ ਕਹੀਏ ਤੇ ਉਹਦੇ 'ਚ ਤੇ ਦੇ ਲ ਪਲਾਸਟਰ ਦਾ ਫਾਈਨ ਪਲਾਸਟਰ ਉਹਨਾਂ ਹੀ ਏਰੀਆ ਪਲਾਸਟਰ ਕਰਦੇ ਸੀ ਜਿੰਨਾ ਉਹਨਾਂ ਨੇ ਇੱਕ ਦਿਨ ਵਿੱਚ ਕੰਮ ਪੂਰਾ ਕਰ ਸਕਦੇ ਨੇ ਕਿਉਂਕਿ ਫਰੈਸਕੋ ਇਜ਼ ਔਨ ਵੈਟ ਲਾਈਮ ਪਲਾਸਟਰ ਤੇ ਸੁੱਕ ਗਿਆ ਤੇ ਉਹਦੇ ਉੱਤੇ ਫਰੈਸਕੋ ਨਹੀਂ ਹੋਏਗੀ ਤੇ ਉਹਨਾਂ ਹੀ ਬੜਾ ਟੈਸਟਡ ਮਟੀਰੀਅਲ ਤੇ ਟੈਕਨੀਕ ਕਾਫੀ ਟੈਸਟਡ ਹੁੰਦੀ ਸੀ ਅੱਜ ਕੱਲ ਐਵਰੀਥਿੰਗ ਇਜ਼ ਇਨ ਸ਼ਾਰਟਕਟ ਤੇ ਅਸੀਂ ਕਿਦਦਰ ਵੀ ਸਾਨੂੰ ਚਾਹੀਦਾ ਜੇ ਸੁਪੋਜ਼ ਫਲਾਰਸ ਜਾਂ ਕੁਛ ਅਸੀਂ ਰੂਮ ਵਿੱਚ ਚਾਹੁੰਦੇ ਆ ਤੇ ਅਸੀਂ ਜਸਟ ਇਸ ਜ਼ਿਆਦਾ ਤੋਂ ਜ਼ਿਆਦਾ ਅਸੀਂ ਕਰਾਂਗੇ ਕਿ ਇੱਕ ਗਰਾਉਂਡ ਲੇਅਰ ਲਗਾ ਦੇਾਂਗੇ ਪੇਂਟ ਦੀ ਤੇ ਉਹਦੇ ਉੱਤੇ ਪੇਂਟ ਕਰਨਾ ਸਟਾਰਟ ਕਰ ਦੇਾਂਗੇ ਸੋ ਇਟਸ ਨਾਟ ਥੈਟ ਉਹਦੇ ਟਾਈਮ ਬੜਾ ਲੱਗਦਾ ਸੀ ਮਹੀਨੋਂ ਸਾਲ ਵੀ ਲੱਗ ਜਾਂਦੇ ਸੀ ਲੇਕਿਨ ਉਹ ਸਟੇਬਲ ਜ਼ਿਆਦਾ ਹੁੰਦਾ ਸੀ ਅੱਜ ਇਸ ਤਕਨੀਕ ਦੀ ਲਾਈਫ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਭਵਿੱਖ ਨੂੰ ਫਿਊਚਰ ਨੂੰ ਕਿਵੇਂ ਦੇਖਦੇ ਹੋ ਕਿ ਬੱਚਿਆਂ ਨੇ ਅੱਜ ਕੱਲ ਚੁਣੌਤੀਆਂ ਰੋਜ਼ਗਾਰ ਦੀਆਂ ਜੇ ਪੂਰੇ ਇਸ ਪ੍ਰੋਸੈਸ ਨੂੰ ਰੋਜ਼ਗਾਰ ਦੇ ਤੌਰ ਤੇ ਦੇਖੀਏ ਆਪਾਂ ਬੱਚਿਆਂ ਲਈ ਤਾਂ ਸਭ ਤੋਂ ਪਹਿਲਾਂ ਤਾਂ ਬੱਚਿਆਂ ਨੂੰ ਕਰਨਾ ਕੀ ਚਾਹੀਦਾ ਹੈ ਠਹਿਰਾ ਚਾਹੀਦਾ ਹੈ ਜਾਂ ਕਿਹੜੀ ਚੀਜ਼ ਚਾਹੀਦੀ ਹੈ ਜਿਹੜੇ ਇੱਧਰ ਆਉਣ ਤੇ ਉਹਨਾਂ ਦਾ ਫਿਊਚਰ ਕੀ ਹੋਵੇ ਦੋ ਤਿੰਨ ਚੀਜ਼ਾਂ ਨੇ ਇੱਕ ਤੇ ਅਗਰ ਅਸੀਂ ਚਾਹੁੰਦੇ ਹਾਂ ਕਿ ਬੱਚੇ ਨਈ ਜਨਰੇਸ਼ਨ ਆ ਇਸ ਫੀਲਡ ਵਿੱਚ ਆਏ ਤੇ ਅਸੀਂ ਸਾਨੂੰ ਸਮਝਣਾ ਪਏਗਾ ਅਥਾਰਟिटीज ਜਾਂ ਜੋ ਵੀ ਕੇਅਰ ਟੇਕਰਸ ਨੇ ਕਿ ਇਹ ਫੀਲਡ ਹੈ ਕੀ ਹੈ ਬਿਕਾਜ਼ ਅਗਰ ਉਹ ਸੋਚਦੇ ਨੇ ਕਿ ਅਸੀਂ ਸੋਚੀਏ ਕਿ ਇਹ ਰਿਪੇਅਰ ਦਾ ਕੰਮ ਹੈ ਤੇ ਅਸੀਂ ਉਸ ਤਰ੍ਹਾਂ ਉਹਦੇ ਖਰਚੇ ਵਿੱਚ ਹੋ ਜਾਏਗਾ ਤੇ ਇਹ ਨਹੀਂ ਹੁੰਦਾ ਕਈ ਦਿਨ ਲੱਗ ਜਾਂਦੇ ਨੇ ਬੜੀ ਪੇਸ਼ੈਂਸ ਲੱਗਦੀ ਹੈ ਤੇ ਇੰਡੀਆ ਵਿੱਚ ਰਾਈਟ ਨਾਉ ਉਸ ਤਰ੍ਹਾਂ ਦਾ ਪੇਮੈਂਟਸ ਨਹੀਂ ਹੋ ਰਹੀਆਂ ਨੇ ਉਹਨਾਂ ਦੇ ਫੰਡਿੰਗ ਉਸ ਤਰ੍ਹਾਂ ਦੀ ਨਹੀਂ ਆ ਇਸ ਕਰਕੇ ਬੱਚਿਆਂ ਦਾ ਇੰਟਰਸਟ ਕਾਟੋ ਜਾਂਦਾ ਤੇ ਕਾਫੀ ਸਾਰੇ ਬੱਚੇ ਇਵਨ ਮਾਇ ਮੇਰੇ ਬੈਚ ਵਿੱਚ ਵੀ ਐਸਐਸਸੀ ਕੀ ਜਿਨ੍ਹਾਂ ਨੇ ਛੱਡ ਦਿੱਤਾ ਸੀ ਕਿਉਂਕਿ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਅਰਨਿੰਗ ਵੀ ਚਾਹੀਦੀ ਹੈ ਸਭ ਨੂੰ ਤੇ ਇੰਟਰਸਟ ਬਹੁਤ ਲੋਕਾਂ ਦਾ ਹੈ ਜਿ세 ਸਰੀਨਾ ਆਰਕੀਟੈਕਟ ਹੈ ਬਟ ਉਹ ਇਸ ਫੀਲਡ ਵਿੱਚ ਆਈ ਬਿਕਾਜ਼ ਆਫ ਦਾ ਇੰਟਰਸਟ ਸੀ ਉਹਨੇ ਆਪਣੇ ਗ੍ਰੈਂਡਫਾਦਰ ਗੈਂਡ ਪੇਰੈਂਟਸ ਦੀਆਂ ਕੁਝ ਪੁਰਾਣੀਆਂ ਚੀਜ਼ਾਂ ਉਹਨਾਂ ਦਾ ਕਰ ਵੇਖਿਆ ਤੇ ਉਹਦੀ ਅਟੈਚਮੈਂਟ ਹੋਈ ਤੇ ਉਹ ਡਿਵੈਲਪ ਕੀਤਾ ਇਸ ਤਰ੍ਹਾਂ ਇੱਕ ਹੋਰ ਲੜਕੀ ਸੀ ਰੇਨੀ ਔਨ ਅ ਚਰਚਸ ਸ਼ੀ ਵਾਸ ਕ੍ਰਿਸਚੀਅਨ ਉਸਨੇ ਔਨ ਅ ਚਰਚਸ ਵੇਖੀਆਂ ਮਸੂਰੀ ਜਾਂ ਕਿਧਰ ਹੋਰ ਤੇ ਸਟੇਨਡ ਗਲਾਸ ਖਰਾਬ ਹੋ ਰਿਹਾ ਸੀ ਤੇ ਉਹਦਾ ਇੰਟਰਸਟ ਬਣਿਆ ਕਿ ਇਹ ਬਚਾਇਆ ਜਾਣਾ ਚਾਹੀਦਾ ਇੰਟਰਸਟ ਇਸੇ ਤਰ੍ਹਾਂ ਖੇਲਾ ਮੁਬਾਰਕ ਵਿੱਚ ਕਈ ਬੱਚਿਆਂ ਨੇ ਉਧਰ ਪੇਂਟਿੰਗਸ ਦੀ ਕਨਜ਼ਰਵੇਸ਼ਨ ਕੀਤੀ ਤੇ ਉਹਨਾਂ ਦਾ ਇੰਟਰਸਟ ਆਇਆ ਕਿ ਸਾਨੂੰ ਇਸ ਤਰ੍ਹਾਂ ਦੀ ਆ ਸਾਡੀ ਵਿਰਾਸਤ ਨੂੰ ਸੰਭਾਲਣਾ ਚਾਹੀਦਾ ਤੇ ਉਹਨਾਂ ਨੇ ਸਿੱਖਿਆ ਤੇ ਕੀਤਾ ਵੀ ਕੰਮ ਤੇ ਬੱਚੇ ਇੰਟਰਸਟਿਡ ਬਹੁਤ ਨੇ ਕਰ ਵੀ ਰਹੇ ਨੇ ਲੇਕਿਨ ਸਾਡੀ ਜ਼ਿੰਮੇਵਾਰੀ ਹੈ ਬੰਦੀ ਹੈ ਕਿ ਅਸੀਂ ਉਹਨਾਂ ਲਈ ਉਹ ਐਨਵਾਇਰਨਮੈਂਟ ਕ੍ਰੀਏਟ ਕਰੀਏ ਐਨਵਾਇਰਨਮੈਂਟ ਕ੍ਰੀਏਟ ਕਰੀਏ ਜਿੱਦੇ ਵਿੱਚ ਉਹ ਇਸ ਨੂੰ ਅੱਛੇ ਨਾਲ ਕਰ ਸਕਣ ਤੁਹਾਡੇ ਤੱਕ ਕਿਸੇ ਨੇ ਆਉਣਾ ਹੈ ਮੰਨ ਲਓ ਕਿਸੇ ਨੇ ਕੋਈ ਚੀਜ਼ ਰਿਪੇਅਰ ਕਰਾ ਰਿਪੇਅਰ ਨਹੀਂ ਕਹੂੰਗਾ ਉਹਦੇ ਹਾਲਾਤ ਬਿਹਤਰ ਕਰਨੇ ਆ ਹਾਂਜੀ ਤੇ ਕੀ ਕਰਨਾ ਕਿਹੜੀਆਂ ਸ਼ਰਤਾਂ ਜਾਂ ਕਿਹੜੀਆਂ ਕੰਡੀਸ਼ਨਸ ਨੇ ਜਾਂ ਕਿੰਨਾ ਕੁ ਟਾਈਮ ਲੱਗ ਜਾਂਦਾ ਹੈ ਆਮ ਬੰਦੇ ਦੀ ਜਿਹੜੀ ਸੋਚਣ ਦੇ ਪਹਿਲੇ ਸਵਾਲ ਹੁੰਦੇ ਆ ਤੁਹਾਡਾ ਉਹਨਾਂ ਤੇ ਕੀ ਜਵਾਬ ਹੈ ਹਾਂਜੀ ਕਈ ਲੋਕ ਚਾਹੁੰਦੇ ਨੇ ਕਿ ਐਸੇ ਵੀ ਮੇਰੇ ਕੋਲ ਕੰਮ ਆਏ ਨੇ ਕਿ ਹਾਂ ਅਸੀਂ ਦੂਰੋਂ ਆ ਰਹੇ ਹਾਂ ਤੇ ਅਸੀਂ ਮਾਰਨਿੰਗ ਵਿੱਚ ਤੁਹਾਨੂੰ ਦੇ ਦਾਂਗੇ ਪੇਂਟਿੰਗ ਤੇ ਸ਼ਾਮੀ ਲੈ ਜਾਵਾਂਗੇ ਤੇ ਇਹ ਨਹੀਂ ਹੋ ਪਾਂਦਾ ਕਿਉਂਕਿ ਜਿਹੜੇ ਵੀ ਕੈਮੀਕਲਸ ਤੁਹਾਨੂੰ ਬਣਾਉਣੇ ਪੈਂਦੇ ਨੇ ਫਰੈਸ਼ ਬਣਦੇ ਨੇ ਐਂਡ ਉਹ ਨਾ ਦਾ ਪਹਿਲਾ ਰਿਕਾਰਡ ਬਣਾਣਾ ਹੁੰਦਾ ਪੇਂਟਿੰਗ ਦੀ ਕੰਡੀਸ਼ਨ ਕੀ ਹੈ ਤੇ ਟਾਈਮ ਕੰਜ਼ਿਊਮਿੰਗ ਹੈ ਸਪੈਸ਼ਲਾਈਜ਼ਡ ਫੀਲਡ ਹੈ ਮਟੀਰੀਅਲ ਜਿਹੜਾ ਹੈ ਉਹ ਵੀ ਸਪੈਸ਼ਲਾਈਜ਼ਡ ਹੈ ਤੇ ਇੰਨੀ ਜਲਦੀ ਦਾ ਕੰਮ ਨਹੀਂ ਹੈ ਜਲਦੀ ਵਿੱਚ ਚੀਜ਼ਾਂ ਖਰਾਬ ਵੀ ਹੋ ਸਕਦੀਆਂ ਨੇ ਤੇ ਆਫ ਕੋਰਸ ਕਿਸੇ ਨੂੰ ਵੀ ਦਿਮਾਗ ਵਿੱਚ ਇਹ ਰੱਖਣਾ ਪਏਗਾ ਕਿ ਟਾਈਮ ਲੱਗੇਗਾ ਐਂਡ ਜ਼ਰੂਰੀ ਨਹੀਂ ਹੈ ਇਹ ਵੀ ਮਿਸਕਨਸੈਪਸ਼ਨ ਹੈ ਕਿ ਬਹੁਤ ਮਹਿੰਗਾ ਹੁੰਦਾ ਹੈ ਜ਼ਰੂਰੀ ਨਹੀਂ ਹੈ ਕਿ ਹਰ ਚੀਜ਼ ਮਹਿੰਗੀ ਹੋ ਟ੍ਰੀਟਮੈਂਟ ਦੇ ਕੰਡੀਸ਼ਨ ਨਾਲ ਡਿਪੈਂਡ ਕਰਦਾ ਹੈ ਕਿ ਉਹ ਕਿੰਨਾ ਟਾਈਮ ਲਏਗੀ ਐਂਡ ਕਿੰਨਾ ਖਰਚਾ ਆਏਗਾ ਤੇ ਕਈ ਚੀਜ਼ਾਂ ਸਸਤ ਮਤਲਬ ਜ਼ਿਆਦਾ ਮਟੀਰੀਅਲ ਨਹੀਂ ਕੰਜ਼ਿਊਮ ਕਰਦੀਆਂ ਦੇ ਜਸਟ ਨੀਡ ਲिटल ਨੋਲੇਜ ਐਂਡ ਸਕਿੱਲ ਤੇ ਹਰ ਤਰ੍ਹਾਂ ਦੇ ਕੰਮ ਹੁੰਦੇ ਨੇ ਤੇ ਕੋਈ ਵੀ ਆਏ ਤੇ ਓਪਨ ਮਾਈਂਡ ਨਾਲ ਆਏ ਕਿ ਹਾਂ ਜਲਦੀ ਵੀ ਹੋ ਸਕਦਾ ਹੈ ਦੇਰ ਨਾਲ ਵੀ ਹੋ ਸਕਦਾ ਹੈ ਸਸਤਾ ਵੀ ਹੋ ਸਕਦਾ ਹੈ ਮਹਿੰਗਾ ਵੀ ਹੋ ਸਕਦਾ ਹੈ अच्छा ਜਦੋਂ ਤੁਸੀਂ ਇਹ ਕੰਮ ਕਰਦੇ ਹੋ ਹੁਣ ਹੁਣ ਕੀ ਕੰਮ ਚੱਲ ਰਿਹਾ ਹੈ ਹੁਣ ਮੈਨੂਸਕ੍ਰਿਪਟਸ ਦਾ ਚੱਲ ਰਿਹਾ ਜਿਹੜਾ ਖਤਮ ਹੋਣ ਵਾਲਾ ਹੈ ਹੁਣ ਹਾਂਜੀ ਤੇ ਸਾਰੀਆਂ ਮੈਨੂਸਕ੍ਰਿਪਟਸ ਡਿਜੀਟਲ ਲਾਇਬ੍ਰੇਰੀ ਤੋਂ ਆਈਆਂ ਸੀ ਤੇ ਉਹ ਡਿਜੀਟਾਈਜ਼ ਕਰਦੇ ਨੇ ਉਹ ਵੀ ਪ੍ਰੀਜ਼ਰਵ ਕਰਦੇ ਨੇ ਲੇਕਿਨ ਉਹ ਪ੍ਰੀਜ਼ਰਵ ਕਰਦੇ ਨੇ ਕੰਟੈਂਟ ਨੂੰ ਜੋ ਇਨਫੋਰਮੇਸ਼ਨ ਹੈ ਨਾਟ ਦ ओरिजिनल ਆਬਜੈਕਟ ਤੇ ਉਹ ਡਿਜੀਟਾਈਜ਼ ਇਹਨਾਂ ਨੂੰ ਨਹੀਂ ਕਰ پا ਰਹੇ ਸੀ ਬਿਕਾਜ਼ ਸਾਰੀਆਂ ਜੁੜੀਆਂ ਹੋਈਆਂ ਸਨ ਸਾਰੇ ਪੇजेस ਆਪਸ ਵਿੱਚ ਚਿਪਕੇ ਹੋਏ ਸੀ ਤੇ ਟਰਮਾਈਟ ਨੇ ਖਾਇਆ ਹੋਇਆ ਸੀ ਤੇ ਉਹਦੇ ਕਰਕੇ ਵੀ ਜੁੜੇ ਹੋਏ ਸੀ ਦੂਜੇ ਨਾਲ ਉਲਝੇ ਹੋਏ ਸੀ ਤੇ ਅਸੀਂ ਇੱਕ ਇੱਕ ਫੋਲੀਓ ਨੂੰ ਹੁਣ ਅਲੱਗ ਕਰਕੇ ਟ੍ਰੀਟ ਕਰ ਦਿੱਤਾ ਹੈ ਤੇ ਉਹਨਾਂ ਦੀ ਬਾਈਂਡਿੰਗ ਵੀ ਹੋ ਰਹੀ ਹੈ ਨਾ ਉਹ ਟ੍ਰੈਡੀਸ਼ਨਲ ਮੈਥਡ ਨਾਲ ਹੀ ਜਿਹੜਾ ਪਹਿਲਾਂ ਸੀ ਅੱਛਾ ਜੀ ਆ ਰਾਦਰ ਇਹਨਾਂ ਦੀ ਮੈਂ ਉਹ ਜਿਹੜਾ ਪੁਰਾਣਾ ਸੀ ਉਹਨੂੰ ਸਟੱਡੀ ਕਰਕੇ ਵੀ ਹਾਂਜੀ ਸੀ ਰਿਕਾਰਡ ਕੀਤਾ ਸੀ ਕਿੱਥੇ ਥ੍ਰੈਡ ਹੈਗਾ ਤੇ ਕਿੱਥੇ ਰੂਟ ਕਾਰਡ ਹੈਗੀ ਤੇ ਅਸੀਂ ਆਫਟਰ ਟਰੀਟਮੈਂਟ ਮਾਰ ਲਗਾਏ ਉਹਨਾਂ ਐਗਜ਼ੈਕਟ ਪੋਜੀਸ਼ਨਸ ਤੇ ਤੇ ਐਗਜ਼ੈਕਟਲੀ ਸਿਮਿਲਰ ਤਰੀਕੇ ਨਾਲ ਅਸੀਂ ਨਾ ਬਾਈਂਡ ਕਰਾਂਗੇ ਜੀ ਕੋਈ ਹਰ ਇੱਕ ਜਿਹੜਾ ਬੰਦਾ ਕਿਸੇ ਫੀਲਡ ਵਿੱਚ ਕੰਮ ਕਰਦਾ ਤਾਂ ਸੁਪਨਾ ਹੁੰਦਾ ਹੈ ਹਾਂਜੀ ਹਾਂਜੀ ਫਿਊਚਰ ਦਾ ਇੱਕ ਸੁਪਨਾ ਹੁੰਦਾ ਵੀ ਮੈਂ ਆ ਕਰਕੇ ਜਾਣਾ ਹਾਂਜੀ ਜੇ ਮੇਰੇ ਇਸੇ ਆਵੇ ਕੀ ਚਾਹੁੰਦੇ ਹੋ ਤੁਸੀਂ ਮੈਂ ਮੈਂ ਕਦੇ ਡ੍ਰੀम्स ਇਸ ਤਰ੍ਹਾਂ ਦੇ ਵੇਖੇ ਨਹੀਂ ਸੀ ਮੈਨੂੰ ਉਸ ਤੋਂ ਕਾਫੀ ਜ਼ਿਆਦਾ ਮਿਲ ਮਿਲਦਾ ਰਿਹਾ ਹੈ ਕੋਈ ਵੀ ਮੁਸ਼ਕਿਲ ਟਾਈਮ ਵੀ ਆਇਆ ਮੇਰੇ ਕੋਲ ਹਮੇਸ਼ਾ ਅੰਦਰ ਆਂਦਾ ਲਾਈਫ ਅਪ ਡਾਊਨ ਹੁੰਦੇ ਨੇ ਲੇਕਿਨ ਮੈਨੂੰ ਕੁਛ ਨਾ ਕੋਈ ਆਪਣੇ ਆਪ ਮਿਲ ਜਾਂਦਾ ਹੈ ਤੇ ਮੈਂ ਡ੍ਰੀਮ ਮੇਂ ਵੀ ਇਸ ਤਰ੍ਹਾਂ ਨਹੀਂ ਕਰਦੀ ਬਟ ਹਾਂ ਡ੍ਰੀਮ ਇਹੋ ਹੈ ਕਿ ਜੋ ਵੀ ਕੰਮ ਕਰ ਰਹੇ ਜੋੜਾ ਵੀ ਆਏ ਮੇਰੇ ਮੇਰੇ ਕੋਲ ਇੰਨੀ ਸਪੇਸ ਤੇ ਇਤਨਾ ਅ ਰਿਸੋਰਸਸ ਹੋਣ ਕਿ ਮੈਂ ਉਹ ਅੱਛੇ ਨਾਲ ਕਰ ਸਕਾਂ ਦੈਟ ਇਜ਼ ਦ ਡ੍ਰੀਮ ਕਿਹੜੇ ਕੰਮ ਅਜੇ ਹੈਗੇ ਵੀ ਤੁਹਾਨੂੰ ਲੱਗਦਾ ਵੀ ਆ ਕਰ ਲੈਣੇ ਚਾਹੀਦੇ ਆ ਪੰਜਾਬ ਨੂੰ ਕਰਨੇ ਚਾਹੀਦੇ ਆ ਕਾਫੀ ਸਾਰੇ ਨੇ ਸਪੈਸ਼ਲੀ ਦ ਆਰਕਾਈਵਸ ਆਫ ਪੰਜਾਬ ਖਾਲਸਾ ਦਰਬਾਰ ਬਹੁਤ ਕਲੋਸ ਟੂ ਹਾਰਟ ਹੈ ਮੇਰੇ ਕਿ ਇਹਦੀ ਕਨਜ਼ਰਵੇਸ਼ਨ ਪ੍ਰੀਜ਼ਰਵੇਸ਼ਨ ਹੋਣੀ ਚਾਹੀਦੀ ਹੈ ਤੇ ਮਿਊਜ਼ੀਅਮਸ ਪੰਜਾਬ ਦੇ ਐਟਲੀਸਟ ਜਿੱਥੇ ਮੈਂ ਰਹਿ ਰਹੀ ਹਾਂ ਰਾਈਟ ਨਾਓ ਤੇ ਉਹਨਾਂ ਦੀ ਕਲੈਕਸ਼ਨਸ ਉਹਨਾਂ ਤੇ ਮੇਰਾ ਕਾਫੀ ਇੰਟਰਸਟ ਹੈ ਕਿ ਉਹ ਹੋਣਾ ਚਾਹੀਦਾ ਹੋਣਾ ਚਾਹੀਦਾ ਕੋਈ ਮੈਸੇਜ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਜਿਹੜੇ ਲੋਕ ਇਸ ਤਰ੍ਹਾਂ ਨਾਲ ਜੁੜੇ ਹੋਇਆ ਚਾਹੇ ਪਾਲਿਸੀ ਮੇਕਰ ਹੈ ਤੇ ਕੁਝ ਲੋਕ ਸੰਭਾਲ ਰਹੇ ਨੇ ਨਿੱਜੀ ਤੌਰ ਤੇ ਚਾਹੇ ਗਵਰਨਮੈਂਟਸ ਨੇ ਕੋਈ ਮੈਸੇਜ ਦੇਣਾ ਚਾਹਾਂ ਕਿਉਂਕਿ 30 ਸਾਲ ਦਾ ਤਜਰਬਾ ਹੋ ਗਿਆ ਤਜਰਬੇ ਚ ਤੁਹਾਨੂੰ ਟੈਕਨੀਕ ਵੀ ਪਤਾ ਹੈ ਖਾਮੀਆਂ ਵੀ ਪਤਾ ਨੇ ਕੁਝ ਸੰਕੇ ਭਰਮ ਹੁੰਦੇ ਉਹ ਵੀ ਤੁਹਾਨੂੰ ਪਤਾ ਹੋਣਗੇ ਕਿਹੜੀ ਚੀਜ਼ਾਂ ਭਰਮ ਵੀ ਹੈਗੀਆਂ ਮੋਸਟ ਫ੍ਰਮ ਇਹ ਹੈ ਕਿ ਜਿਹੜੇ ਸਾਡੇ ਕਲਚਰਲ ਡਿਪਾਰਟਮੈਂਟਸ ਵਗੈਰਾ ਨੇ ਉਹਨਾਂ ਨੂੰ ਲੱਗਦਾ ਕਿ ਉਹ ਬੜਾ ਅੱਛਾ ਕਰ ਰਹੇ ਨੇ ਐਂ ਉਹਨਾਂ ਨੂੰ ਕਨਜ਼ਰਵੇਸ਼ਨ ਫੀਲ ਦਾ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਸਭ ਪਤਾ ਹੈ ਜਦ ਜਦ ਕੀ ਉਹਨਾਂ ਨੂੰ 1% ਜਾਂ 0.1% ਵੀ ਨਹੀਂ ਪਤਾ ਤੇ ਦੂਸਰਾ ਸਾਰੇ ਆਪਣੇ ਸੈਲਫ ਇੰਟਰਸਟ ਸਾਈਡ ਤੇ ਕਰਕੇ ਅਗਰ ਅਸੀਂ ਸਾਰੇ ਆਪਣੇ ਕਲਚਰ ਤੇ ਹੈਰੀਟੇਜ ਤੇ ਉਹਦੀ ਕਨਜ਼ਰਵੇਸ਼ਨ ਬਾਰੇ ਸੋਚੀਏ ਤੇ ਅਸੀਂ ਕਰ ਸਕਨੇ ਆ ਆ ਅਟਲੀਸਟ ਜਿਹੜਾ ਵੀ ਟੈਂਜਿਬਲ ਕਲੈਕਸ਼ਨ ਸਾਡੇ ਕੋਲ ਹੈ ਇਸ ਵੇਲੇ ਅਸੀਂ ਉਹਨਾਂ ਨੂੰ ਪ੍ਰੀਜ਼ਰਵ ਕਰ ਸਕਦੇ ਆ ਫੰਡਿੰਗ ਵਗੈਰਾ एवरीथिंग ਇਜ਼ ਪੋਸੀਬਲ ਸਿਰਫ ਇੱਕ ਉਹ ਇੰਟੈਂਸ਼ਨ ਔਰ ਉਹ ਸੋਹਾ ਨਹੀਂ ਹੈ ਚਾਹਤ ਦੀ ਲੋੜ ਹੈ ਚਾਹਤ ਦੀ ਲੋੜ ਹੈ ਤੇ ਉਹ ਨੌਲੇਜ ਦੀ ਵੀ ਲੋੜ ਹੈ ਕਿ ਇਹ ਕਿਸ ਤਰ੍ਹਾਂ ਕੀਤਾ ਜਾਂਦਾ ਸਿਰਫ ਚਾਹਤ ਨਾਲ ਨਹੀਂ ਹੋਏਗਾ ਨਾ ਮੇਬੀ ਇਹ ਮੈਂ ਚਾਹਨੀਆ ਕਿ ਇਹ ਹੋ ਜਾਏ ਲੇਕਿਨ ਕਿਸ ਤਰ੍ਹਾਂ ਕਰਨਾ ਸਹੀ ਰਸਤਾ ਵੀ ਸਾਨੂੰ ਪਤਾ ਹੋਣਾ ਚਾਹੀਦਾ ਉਹਦੇ ਵਿੱਚ ਇੰਟਰਸਟ ਡਿਵੈਲਪ ਕਰਨਾ ਪਏਗਾ ਬਹੁਤ ਚੰਗਾ ਲੱਗਿਆ ਤੁਹਾਨੂੰ ਨਾਲ ਗੱਲਬਾਤ ਕਰਕੇ ਇਦੋਂ ਬਰੀਕੀ ਨਾਲ ਜੇ ਦਰਸ਼ਕ ਜਾਣਨਾ ਚਾਹਣਗੇ ਕੋਈ ਸਵਾਲ ਆਉਣਗੇ ਤਾਂ ਆਪਾਂ ਦੁਬਾਰਾ ਇਸ ਮੁਲਾਕਾਤ ਨੂੰ ਅੱਗੇ ਵਧਾਵਾਂਗੇ ਫਿਲਹਾਲ ਤੁਸੀਂ ਟਾਈਮ ਦਿੱਤਾ ਬਹੁਤ ਚੰਗਾ ਲੱਗਿਆ ਸਤਿ ਸ਼੍ਰੀ ਅਕਾਲ ਬਹੁਤ ਨੇੜੇ ਤੋਂ ਦੇਖਣ ਸੁਣਨ ਵਾਲੀ ਹੈ ਕਿਉਂਕਿ ਸਾਡੇ ਪੁਰਖਿਆਂ ਨੇ ਮੈਨੂੰ ਲੱਗਦਾ ਹੁੰਦਾ ਹੈ ਪੰਜਾਬ ਦਾ ਜਿਹੜਾ ਫਿਊਚਰ ਹੈ ਉਹ ਪਾਸਟ ਹੀ ਉਹਦਾ ਫਿਊਚਰ ਹੈ ਇਵੇਂ ਤਾਂ ਕਹਿਣਾ ਹੁੰਦਾ ਕਿਉਂਕਿ ਸਾਡੇ ਪੁਰਖਿਆਂ ਨੇ ਬੜਾ ਕੁਝ ਸਾਨੂੰ ਦਿੱਤਾ ਤੇ ਅਸੀਂ ਉਹਨੂੰ ਰੱਖਣ ਚ ਸੰਭਾਲਣ ਚ ਅਡਾਪਟ ਕਰਨ ਚ ਅਵੇਸਲੇ ਹੋ ਗਏ ਆਂ ਪੰਜਾਬ ਵਰਗੀ ਧਰਤੀ ਵੀ ਕਿਤੇ ਨਹੀਂ ਪੰਜਾਬ ਵਰਗਾ ਪਾਉਣ ਪਾਣੀ ਵੀ ਕਿਤੇ ਨਹੀਂ ਜਿੰਨੀਆਂ ਇੱਥੇ ਸ਼ਹਾਦਤਾਂ ਸ਼ਿੱਦਤ ਸ਼ਰਦਾ ਤੇ ਫਸਲਾਂ ਪਾਣੀ ਹਵਾ ਜਿੰਨੀ ਸ਼ਿੱਦਤ ਨਾਲ ਕੁਦਰਤ ਨੇ ਤੁਹਾਨੂੰ ਦਿੱਤੀ ਹੈ ਉਹਨੂੰ ਸਨਮਾਨਣ ਦੀ ਲੋੜ ਹੈ ਆਓ ਇਸ ਪੰਜਾਬ ਲਈ ਇਸ ਭਾਰਤ ਲਈ ਸਾਡੇ ਦੇਸ਼ ਲਈ ਸਾਡੇ ਪੁਰਖਿਆਂ ਦੀ ਵਿਰਾਸਤ ਲਈ ਕੁਛ ਨਾ ਕੁਛ ਇਸ ਆਪਾ ਜੀ ਦੋ ਜਾਨਤ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ